ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਪੰਜਾਬ ਦੇ ਵਿੱਚ ਪੁਲਿਸ ਅਫਸਰ ਆ ਜਿਹੜੇ, ਪੁਲਿਸ ਮੁਲਾਜ਼ਮ ਹੈਗੇ ਆ ਜਿਹੜੇ ਸਜ਼ਾ ਯਾਫਤਾ ਸੀਗੇ, ਉਹਨਾਂ ਦੀ ਰਿਹਾਈ ਦੀ ਮਨਜ਼ੂਰੀ ਮਿਲੀ ਆ ਅਤੇ ਉਸ ਮਨਜ਼ੂਰੀ 'ਤੇ ਪੰਜਾਬ ਤਪ ਗਿਆ ਹੈਗਾ। ਉਸ ਦੇ ਵਿੱਚ ਸਿਆਸਤ ਵੀ ਹੈਗੀ ਹੈ ਅਤੇ ਸਿਆਸਤ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਬਾਰੇ ਜਿਹੜੇ ਕਾਰਕੁਨ ਹੈਗੇ ਆ ਉਹ ਜਥੇਬੰਦੀਆਂ ਵੀ ਇਕੱਠੀਆਂ ਹੋ ਗਈਆਂ। ਹਵਾਲਾ ਦਿੱਤਾ ਜਾ ਰਿਹਾ ਹੈਗਾ ਕਿ ਅਧਿਕਾਰਾਂ ਜਿਹੜੇ ਮਾਨਵੀ ਅਧਿਕਾਰ ਹੈਗੇ ਆ ਉਹਨਾਂ ਦੇ ਆਧਾਰ 'ਤੇ ਇਹਨਾਂ ਨੂੰ ਛੱਡਿਆ ਜਾਵੇ, ਉਹਨਾਂ ਦੀ ਰਿਹਾਈ ਦੀ ਮਨਜ਼ੂਰੀ ਮਿਲੇ। ਸਿਫਾਰਿਸ਼ ਕੀਤੀ ਗਈ ਸੂਬਾ ਸਰਕਾਰ ਵੱਲੋਂ, ਕੇਂਦਰ ਸਰਕਾਰ ਦੀ ਮੋਹ ਲੱਗੀ ਆ, ਇਸ 'ਤੇ ਵਿਰੋਧ ਹੋ ਰਿਹਾ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਪੁੱਛ ਰਿਹਾ ਕਿ ਆ ਕਿ ਸਿੱਖਾਂ ਦੇ ਕਾਤਲਾਂ ਨੂੰ ਕਿਉਂ ਛੱਡਿਆ ਜਾ ਰਿਹਾ। ਸਾਰਾ ਕੁਛ ਸਿੱਖਾਂ ਦੇ ਆਲੇ ਦੁਆਲੇ ਘੁੰਮਦਾ ਹੋਇਆ ਦਿਖਾਈ ਦੇ ਰਿਹਾ, ਜਿਸ ਤਰੀਕੇ ਨਾਲ ਸਿਆਸਤ ਹੋ ਰਹੀ ਆ। ਅਸੀਂ ਇੱਕ ਸਵਾਲ ਪੁੱਛਾਂਗੇ, ਕਿਹੜੇ ਅਧਿਕਾਰਾਂ ਦੀ ਰਾਖੀ? ਦੋਸ਼ੀ ਪੁਲਿਸ ਵਾਲਿਆਂ ਦੀ ਰਿਹਾਈ ਤੋਂ ਮਨਜ਼ੂਰੀ ਮਿਲ ਗਈ ਹੈਗੀ ਆ ਅਤੇ ਅੱਜ ਬਹਿਸ ਇਸ ਲਈ ਕਰ ਰਿਹਾ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸਦੀ ਹੈ, ਟੂ ਦਾ ਪੁਆਇੰਟ ਵਿੱਚ। ਦੋਸ਼ੀ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਦੀ ਰਿਹਾਈ ਦੇ ਫੈਸਲੇ 'ਤੇ ਪੰਜਾਬ ਤਪ ਰਿਹਾ। ਸੂਬਾ ਅਤੇ ਕੇਂਦਰ ਸਰਕਾਰ ਖਿਲਾਫ਼ ਸਿਆਸੀ ਵਿਰੋਧੀਆਂ ਸਣੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮੋਰਚਾ ਖੋਲ੍ਹ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਰਿਹਾਈ ਦੀ ਮਨਜ਼ੂਰੀ ਦਾ ਸਵਾਗਤ ਕੀਤਾ ਸੀਗਾ ਅਤੇ ਇਸ ਸਵਾਗਤ 'ਤੇ ਸਿਆਸਤ ਸ਼ੁਰੂ ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਕੇਂਦਰ ਨੂੰ ਕੀਤੀ ਸਿਫਾਰਿਸ਼ ਦਾ ਸੁਖਬੀਰ ਸਿੰਘ ਬਾਦਲ ਨੇ ਵਿਰੋਧ ਜਿਤਾਇਆ ਹੈਗਾ। ਉਮੀਦ ਨਹੀਂ ਕੀਤੀ ਜਾ ਰਹੀ ਸੀ ਕਿ ਵਿਰੋਧ ਜਿਤਾਇਆ ਜਾਊਗਾ, ਪਰ ਵਿਰੋਧ ਜਿਤਾਇਆ ਗਿਆ ਹੈਗਾ ਅਤੇ ਇਸ ਦੇ ਵਿੱਚ ਵੀ ਸਵਾਲ ਪੁੱਛੇ ਜਾਣਗੇ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ। ਮਨੁੱਖੀ ਅਧਿਕਾਰ ਸੰਗਠਨਾਂ ਨੇ ਇੱਕ ਸੁਰ ਵਿੱਚ ਫੈਸਲੇ ਨੂੰ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਦੱਸਿਆ। ਤਕਰੀਬਨ 8 ਮਨੁੱਖੀ ਅਧਿਕਾਰ ਸੰਗਠਨ ਜਿਹੜੇ ਉਹ ਇਕੱਠੇ ਹੋਏ ਸੀ ਅਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰਾਂ ਨੂੰ ਘੇਰਿਆ ਹੈਗਾ। ਦੋਸ਼ੀ ਪੁਲਿਸ ਵਾਲਿਆਂ ਦੀ ਰਿਹਾਈ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਇਹਨਾਂ ਸੰਗਠਨਾਂ ਨੇ 550 ਪ੍ਰਕਾਸ਼ਪੁਰਬ ਮੌਕੇ ਸਿੱਖ ਬੰਦੀਆਂ ਦੀ ਰਿਹਾਈ ਨਾਲ ਦੋਸ਼ੀ ਪੁਲਿਸ ਵਾਲਿਆਂ ਨੂੰ ਜੋੜਨ 'ਤੇ ਵੀ ਵਿਰੋਧ ਜਿਤਾਇਆ ਇਹਨਾਂ ਸਾਰੇ ਸੰਗਠਨਾਂ ਨੇ। ਇਸ ਸਭ 'ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਕੀ ਕਹਿੰਦੇ ਆ, ਸਿਆਸਤ ਕੀ ਕਹਿੰਦੀ ਆ, ਉਹ ਸੁਣ ਲਈਏ। ਕਿ ਇਹ ਇੱਕ ਵੱਡਾ ਐਕਟ ਹੋਏਗਾ, ਵੱਡਾ ਤੁਹਾਡਾ ਡਿਸੀਜਨ ਹੋਏਗਾ ਜਿਹਦੇ ਨਾਲ ਸਿੱਖਾਂ ਨੂੰ ਇੱਕ ਹੀਲਿੰਗ ਟੱਚ ਮਿਲੇਗਾ, ਅਤੇ ਮਗਰੋਂ ਹੀਲਿੰਗ ਟੱਚ ਤਾਂ ਹਾਲੇ ਅਸੀਂ ਵੇਟ ਹੀ ਕਰ ਰਹੇ ਸੀ। ਇਹਨਾਂ ਨੇ ਥੋੜ੍ਹਾ ਹੀ ਮਾਰਤਾ ਕਿ ਉਹਨਾਂ ਨੂੰ ਤਾਂ ਸ਼ਾਇਦ ਛੱਡਣਗੇ, ਨਹੀਂ ਛੱਡਣਗੇ। ਅਸੀਂ ਪਹਿਲਾਂ ਤਾਂ ਤੁਹਾਡੇ ਕਾਤਲਾਂ ਨੂੰ ਛੱਡ ਰਹੇ ਹਾਂ, ਅਤੇ ਪਹਿਲਾਂ ਤਾਂ ਪੁਲਿਸ ਅਫਸਰਾਂ ਨੂੰ ਛੱਡ ਰਹੇ ਹਾਂ ਜਿਨ੍ਹਾਂ ਨੇ ਹਾਲੇ ਜੇਲ੍ਹ ਦੀ ਮੂੰਹ ਵੀ ਨਹੀਂ ਦੇਖਿਆ, ਦਰਵਾਜ਼ਾ ਵੀ ਨਹੀਂ ਦੇਖਿਆ। ਕਈਆਂ ਨੇ ਤਾਂ 30 ਸਾਲ ਕਰੀਬ ਬੈਠੇ ਆ, 35 ਸਾਲ ਕਰੀਬ ਬੈਠੇ ਆ। ਜਿਹੜੇ ਪੁਲਿਸ ਵਾਲੇ ਆ ਉਹ ਵਰਦੀ ਦੇ ਵਿੱਚ ਉਹਨਾਂ ਨੇ ਹਿਊਮਨ ਰਾਈਟਸ ਵਾਇਲੇਸ਼ਨ ਕੀਤੀਆਂ। ਕਿਸੇ ਨੇ ਇੱਕ ਦਿਨ ਕੱਟਿਆ, ਕਿਸੇ ਨੇ ਕੱਟਿਆ ਵੀ ਨਹੀਂ ਸਜ਼ਾ, ਕੱਟਿਆ ਵੀ ਨਹੀਂ ਸਜ਼ਾ, ਅਤੇ ਫਿਰ ਫਰਕ ਹੈ ਨਾ? ਸਜ਼ਾ ਤਾਂ ਕੱਟਣੀ ਹੈ। ਮੇਰੀ ਬੇਨਤੀ ਹੈ, ਸਜ਼ਾ ਤੁਸੀਂ ਮਾਫ਼ ਕਰਦੇ ਹੋ, ਐਂ ਰਿਟੈਲੀਏਟ ਐਂ ਨਹੀਂ ਹੋਣਾ ਚਾਹੀਦਾ। ਜਿਹਨੇ ਵਾਇਲੇਸ਼ਨ ਕੀਤੀ ਹੈ ਵਰਦੀ 'ਚ ਬਹਿ ਕੇ, ਜੇ ਮੈਂ ਤੁਹਾਨੂੰ ਮਾਰਦਾ ਇਹਦਾ ਮਤਲਬ ਮੈਨੂੰ ਬਾਹਰ ਮਾਫ਼ ਕਰ ਦਿਓ, ਘੱਟ ਤੋਂ ਸਜ਼ਾ ਤਾਂ ਪੂਰੀ ਕਰੋ। ਅਜੇ ਮੇਰੇ ਕੋਲ ਉਹ ਸਾਡੇ ਜੇਲ੍ਹ ਡਿਪਾਰਟਮੈਂਟ ਕੋਲ ਲੈਟਰ ਨਹੀਂ ਆਈ, ਅਤੇ ਨਾ ਹੀ ਮੈਨੂੰ, ਮੈਂ ਰਾਤ ਵੀ ਮੈਨੂੰ ਰਿਪੋਰਟਰਸ ਨੇ ਪੁੱਛਿਆ ਸੀ, ਮੈਂ ਆਪਣੇ ਏ ਡੀ ਸੀ ਪੀ ਜੇਲ੍ਹ ਨੂੰ ਕਿਹਾ ਸੀ, ਉਹਨਾਂ ਨੂੰ ਮੈਂ ਕਿਹਾ ਕਿ ਪਤਾ ਕਰਕੇ ਅੱਜ ਮੈਨੂੰ ਦੱਸੋ। ਉਹਨਾਂ ਕਿਹਾ ਜੀ ਗਵਰਨਮੈਂਟ ਆਫ ਇੰਡੀਆ ਕੋਲੋਂ ਅਸੀਂ ਪਤਾ ਕਰਦੇ ਹਾਂ ਕਿ ਕਿਹੜੇ ਪੁਲਿਸ ਮੁਲਾਜ਼ਮ ਜਿਹੜੇ ਛੱਡੇ ਗਏ ਨੇ ਉਹਨਾਂ ਬਾਰੇ ਦੱਸੋ। ਜੱਜਾਂ ਦੀ ਕੋਈ ਬੁੱਕਤ ਨਹੀਂ ਹੈ ਇਸ ਦੇਸ਼ ਦੇ ਵਿੱਚ, ਜੁਡੀਸ਼ਰੀ ਦੀ ਕੋਈ ਵੈਲਿਊ ਨਹੀਂ ਗੀ। ਜੱਜ ਜੁਡੀਸ਼ਰੀ ਇਨਸਾਫ ਪਸੰਦੀ ਕਰਨਗੇ, ਲੋਕਾਂ ਨੂੰ ਸਜ਼ਾ ਦੇਣਗੇ ਕਾਤਲਾਂ ਨੂੰ, ਅਤੇ ਸਰਕਾਰਾਂ ਬੈਠੀਆਂ ਨੇ ਉਹਨਾਂ ਨੂੰ ਛਡਾਉਣ ਵਾਸਤੇ। ਔਰ ਕਿਤੇ ਨਾ ਕਿਤੇ ਇਹ ਇੱਕ ਡੇਂਜਰਸ ਪੋਲਿਸੀ ਇਖਤਿਆਰ ਕਰ ਰਹੀ ਹੈ ਸਰਕਾਰ, ਔਰ ਇਹਦੇ ਨਾਲ ਵਾਇਲੈਂਸ ਜਿਹੜਾ ਵਾ, ਔਰ ਖਾਸ ਤੌਰ 'ਤੇ ਸਟੇਟ ਸਪੋਂਸਰਡ ਵਾਇਲੈਂਸ ਵਧੇਗਾ, ਉਹਨੂੰ ਸ਼ਹਿ ਦੇ ਰਹੇ ਆ। ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਇਹਦਾ ਮਤਲਬ ਇਹ ਆ ਕਿ ਝੂਠੇ ਪੁਲਿਸ ਮੁਕਾਬਲਿਆਂ ਨੂੰ ਵਧਾਵਾ ਦੇ ਰਹੀਆਂ ਸਰਕਾਰਾਂ, ਇੱਥੋਂ ਦੀ ਪੰਜਾਬ ਸਰਕਾਰ ਵੀ। ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਸਜ਼ਾ ਯਾਫਤਾ ਪੁਲਿਸ ਵਾਲਿਆਂ ਦੀ ਰਿਹਾਈ 'ਤੇ ਮੋਹਰ ਲਗਾਉਣ ਵਾਲੀ ਸਿਆਸਤ ਕੀ ਸੁਨੇਹਾ ਦੇ ਰਹੀ ਹੈ ਅਤੇ ਇਸੇ ਸਵਾਲ 'ਤੇ ਬਹਿਸ ਹੋਵੇਗੀ। ਕਿ ਪਹਿਲਾਂ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਿਹਾ, ਗੁਰਤੇਜ ਸਿੰਘ, ਫਾਰਮਰ ਆਈ ਐੱਸ ਨੇ, ਸਿੱਖ ਬੁੱਧੀਜੀਵੀ ਤੌਰ 'ਤੇ ਅਕਸਰ ਵਿਚਰਦੇ ਹੈਗੇ ਆ, ਪਰ ਇਹ ਵੀ ਉਹਨਾਂ ਸੰਗਠਨਾਂ ਵਿੱਚ ਸ਼ਾਮਲ ਹੈਗੇ ਜਿਹਨਾਂ ਸੰਗਠਨਾਂ ਨੇ ਵਿਰੋਧ ਕੀਤਾ ਹੈਗਾ। ਗੁਰਤੇਜ ਸਿੰਘ ਵੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਸੀ, ਇਹਨਾਂ ਨੂੰ ਪੁੱਛਾਂਗੀ ਇਹਨਾਂ ਦੇ ਵਿਰੋਧ ਦੇ ਤਰਕ ਕੀ ਹੈ ਕਿ। ਗੁਰਤੇਜ ਸਿੰਘ ਜੀ, ਤੁਹਾਡਾ ਬਹੁਤ ਸਵਾਗਤ ਹੈ। ਮਾਲਵੇ ਸਿੰਘ ਕੰਗ, ਭਾਰਤੀ ਜਨਤਾ ਪਾਰਟੀ ਬੁਲਾਰੇ, ਕੰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਜੀਤ ਸਿੰਘ ਕਲੇਰ, ਸ਼੍ਰੋਮਣੀ ਅਕਾਲੀ ਦਲ ਬੁਲਾਰੇ ਆ, ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਬੁੱਢਾ ਸਿੰਘ ਵਿਰਾਗੀ, ਪੰਜਾਬ ਏਕਤਾ ਪਾਰਟੀ ਦੇ ਬੁਲਾਰੇ ਆ, ਵਿਰਾਗੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਹ ਤਿੰਨੇ ਸਿਆਸਤਦਾਨ ਹੈ, ਉਹ ਤਿੰਨੇ ਪੇਸ਼ੇ ਤੋਂ ਵਕੀਲ ਵੀ ਹੈਗੇ ਆ, ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵਕਾਲਤ ਕੀ ਕਹਿੰਦੀ ਹੈਗੀ ਆ। ਤੁਹਾਡਾ ਤਿੰਨਾਂ ਦਾ ਬਹੁਤ ਸਵਾਗਤ ਕਰਦੇ। ਮਾਲਵੇ ਸਿੰਘ, ਮਾਲੀ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਵਿਚਰਦੇ ਆ, ਅਕਸਰ ਇਹ ਜ਼ਿਕਰ ਕਰਦੇ ਆ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਬਾਰੇ, ਮਨੁੱਖੀ ਅਧਿਕਾਰਾਂ ਦੇ ਰਾਖੇ ਬਾਰੇ, ਅਤੇ ਜਦੋਂ ਜਸਵੰਤ ਸਿੰਘ ਖਾਲੜਾ ਹਰਾ ਦਾ ਜ਼ਿਕਰ ਹੁੰਦਾ ਤਾਂ ਉਦੋਂ ਇਹਨਾਂ ਤੋਂ ਸਮਝਣਾ ਜ਼ਰੂਰੀ ਹੈਗਾ ਕਿ ਜਸਵੰਤ ਸਿੰਘ ਖਾਲੜਾ ਹਰਾ ਦਾ ਸਵਾਲ ਇਸ ਬਹਿਸ ਦੇ ਵਿੱਚ ਕਿਉਂ ਆ ਰਿਹਾ ਹੈਗਾ। ਮਾਲੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਕਲੇਰ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਕਲੇਰ ਸਾਹਿਬ, ਇਸ ਸਭ ਦੇ ਵਿਚਾਲੇ ਜੋ ਇਹ ਸਜ਼ਾ ਮਾਫ਼ੀ ਅਤੇ ਰਿਹਾਈ ਦੀ ਗੱਲ ਹੋ ਰਹੀ ਹੈਗੀ ਆ, ਉਸ ਦੇ ਵਿੱਚ ਕਸੂਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਵੀ ਹੈ? ਕੇ ਪੀ ਜੀ,
ਇਹ ਜਿਹੜੀ ਹੁਣ ਰਿਹਾਈ ਹੋਣ ਜਾ ਰਹੀ ਹੈ ਪੁਲਿਸ ਅਫਸਰਾਂ ਦੀ, ਇਹਦੀ ਰਿਕਮੈਂਡੇਸ਼ਨ ਅਥਾਰਟੀ ਪੰਜਾਬ ਸਰਕਾਰ ਹੈ। ਪੰਜਾਬ ਸਰਕਾਰ ਨੇ ਇਹਨਾਂ ਦਾ ਕੇਸ ਬਣਾ ਕੇ ਸੈਂਟਰ ਕੋਲ ਭੇਜਿਆ ਅਤੇ ਉੱਥੋਂ ਇਹ ਕਲੀਅਰ ਹੋ ਕੇ ਆਇਆ। ਸੋ ਨਾ ਤਾਂ ਇਕੱਲੀ ਪੰਜਾਬ ਸਰਕਾਰ ਇਹਨਾਂ ਨੂੰ ਛੱਡ ਸਕਦੀ ਸੀ, ਨਾ ਇਕੱਲੀ ਸੈਂਟਰ ਦੀ। ਸੋ ਦੋਨੋਂ ਸਰਕਾਰਾਂ ਦੀ ਸਹਿਮਤੀ ਨਾਲ ਹੀ ਇਹਨਾਂ ਨੂੰ ਛੱਡਿਆ ਗਿਆ। ਦੋਨੋਂ ਸਰਕਾਰਾਂ ਦੀ ਹਿੱਸੇਦਾਰੀ ਹੈ, ਦੋਨੋਂ ਸਰਕਾਰਾਂ ਕਸੂਰਵਾਰ ਨੇ ਜਾਂ ਨਹੀਂ? ਬੀਜੇਪੀ ਸਰਕਾਰ ਜਿਹੜੀ ਫਾਈਨਲ ਡਿਸੀਜਨ ਹੈ, ਜਿਹਨੇ ਡਿਸੀਜਨ ਲਿਆ ਉਹ ਬੀਜੇਪੀ ਦੀ ਗਵਰਨਮੈਂਟ ਨੇ ਸੈਂਟਰ 'ਚ ਲਿਆ ਹੈਗਾ। ਸੋ ਕੇਸ ਪੰਜਾਬ ਸਰਕਾਰ ਨੇ ਬਣਾ ਕੇ ਕਸੂਰਵਾਰ ਮੰਨਦਾ ਹੈ ਜਾਂ ਨਹੀਂ? ਅਕਾਲੀ ਦਲ ਉਸ ਦੇ ਵਿੱਚ ਜਿਹੜੇ ਅਫਸਰ ਇਨਵੋਲਵ ਰਹੇ ਜਾਂ ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਦਿੱਤੀ ਉਹਨਾਂ ਨੂੰ ਕਸੂਰਵਾਰ ਮੰਨਦਾ, ਜਿਨ੍ਹਾਂ ਨੇ ਸਜ਼ਾ ਮਾਫੀ ਕੀਤੀ? ਅਕਾਲੀ ਦਲ ਕੇਂਦਰ ਸਰਕਾਰ ਜਾਂ ਗ੍ਰਹਿ ਮੰਤਰਾਲੇ ਨੂੰ ਕਸੂਰਵਾਰ ਮੰਨਦਾ ਹੈ? ਗ੍ਰਹਿ ਮੰਤਰਾਲੇ ਦੇ ਵਿੱਚ ਜਿਹਨੇ ਉਹਨੂੰ ਇਹ ਚੀਜ਼ ਨੂੰ ਅਪੀਲ ਦਿੱਤਾ ਕਿ ਆਪਣਾ ਐਂਡੋਰਸ ਕੀਤਾ ਕਿ ਇਹਨਾਂ ਨੂੰ ਛੱਡਿਆ ਜਾਣਾ ਚਾਹੀਦਾ, ਅਸੀਂ ਉਹਦੀ ਨਿੰਦਾ ਕਰਦੇ ਹਾਂ। ਇਹਨਾਂ ਨੂੰ ਨਹੀਂ ਛੱਡਿਆ ਜਾਣਾ ਚਾਹੀਦਾ ਸੀ, ਕਿਉਂਕਿ ਹਲੇ ਤਾਂ ਜਿਹੜੀ ਸਿੱਖਾਂ ਦੇ ਜ਼ਖਮਾਂ 'ਤੇ ਮਲਮ ਲਗਾਈ ਸੀ ਭਾਈ ਰਾਜੋਆਣੇ ਵਾਲੀ, ਉਹਨਾਂ ਨੂੰ ਤਾਂ ਫਿਰ ਕਿਸੇ ਇੱਕ ਸਜ਼ਾ ਭੁਗਤਣ ਤੋਂ ਬਾਅਦ ਬਹੁਤ ਲੰਬਾ ਸਮਾਂ 24-25 ਸਾਲ ਬਾਅਦ ਛੱਡਿਆ ਸੀ। ਇਹ ਪੁਲਿਸ ਅਫਸਰਾਂ, ਜਿੱਥੇ ਤੱਕ ਮੈਨੂੰ ਪਤਾ ਲੱਗਿਆ, ਇਹ ਪੁਲਿਸ ਅਫਸਰਾਂ ਨੂੰ ਹਲੇ ਜਿਹੜਾ ਇਹਨਾਂ ਦੀ ਸਜ਼ਾ ਵੀ ਪੂਰੀ ਨਹੀਂ ਹੋਈ, ਕੁਛ ਬੰਦੇ ਜੇਲ੍ਹ 'ਚ ਵੀ ਨਹੀਂ ਗਏ ਸੀ। ਸੋ ਇਹਨਾਂ ਨੂੰ ਮਾਫੀ ਦੇਣੀ ਇਹ ਲਾਅ ਦੇ ਵੀ ਉਲਟ ਹੈ, ਔਰ ਜੋ ਇੱਕ ਸੈਟਲਡ ਲਾਅ ਹੈ, ਕੌਂਸਟੀਟਿਊਸ਼ਨ ਹੈ ਇੰਡੀਆ ਦਾ, ਕਿ ਜੱਜਸ ਨੇ ਅਗਰ ਕਿਸੇ ਨੂੰ ਕਨਵਿਕਟ ਕੀਤਾ ਹੈਗਾ ਤਾਂ ਉਹਨੂੰ ਇਸ ਤਰ੍ਹਾਂ ਛੱਡ ਦੇਣਾ, ਇਹ ਲਾਅ ਦਾ ਵੀ ਮਜ਼ਾਕ ਹੈ। ਠੀਕ ਹੈ, ਲਾਅ ਦਾ ਮਜ਼ਾਕ ਕੌਣ ਉਡਾ ਰਿਹਾ ਹੈਗਾ? ਕੰਗ ਸਾਹਿਬ, ਤੁਸੀਂ ਵਕੀਲ ਹੋ, ਲਾਅ ਦਾ ਮਜ਼ਾਕ ਕੌਣ ਉਡਾ ਰਿਹਾ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਡਾ ਰਹੀ ਹੈ ਜਾਂ ਕੇਂਦਰ ਸਰਕਾਰ ਉਡਾ ਰਹੀ ਹੈ? ਦੇਖੋ ਕਿਵੇਂ ਜੀ, ਮੈਂ ਪਹਿਲਾਂ ਤਾਂ ਤੁਹਾਡੇ ਕੋਲ ਮਾਫ਼ੀ ਮੰਗਦੀ ਹੋਈ, ਮੈਨੂੰ ਇਸ ਕੇਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਜਿੰਨਾ ਕੁ ਤੁਸੀਂ ਆਪਣੀ ਇੰਟਰੋਡਕਸ਼ਨ 'ਚ ਦਿਖਾਇਆ ਜਾਂ ਅੱਜ ਥੋੜ੍ਹਾ ਬਹੁਤ ਅਖਬਾਰਾਂ 'ਚ ਲਿਖਿਆ ਹੈ, ਵੀ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਵੀ ਕਿਹੜੇ ਬੰਦੇ ਛੱਡੇ ਜਾ ਰਹੇ ਹਨ। ਮਾਫ਼ੀ ਤਾਂ ਸਾਨੂੰ ਮੰਗਣੀ ਚਾਹੀਦੀ ਹੈ, ਕਿਉਂਕਿ ਸਰਕਾਰਾਂ ਦੱਸਦੀਆਂ ਹੀ ਨਹੀਂ ਗਿਆ। ਨਹੀਂ ਨਹੀਂ, ਕਾਲੀ ਸੂਚੀ ਕਿਹੜੀ ਹੈਗੀ ਹੈ ਅਤੇ ਜਿਹੜੇ ਬੰਦੀ ਸਿੰਘ ਹੈ ਉਹ ਕਿਹਨਾਂ ਨੂੰ ਰਿਹਾਅ ਕਰਨਾ ਹੈਗਾ, ਪੁਲਿਸ ਵਾਲੇ ਆ ਕਿਹਨਾਂ ਨੂੰ ਛੱਡਣਾ ਹੈਗਾ, ਮੈਨੂੰ ਸਰਕਾਰਾਂ ਸਾਨੂੰ ਨਹੀਂ ਦੱਸਦੀਆਂ, ਮਾਫ਼ੀ ਤਾਂ ਸਾਨੂੰ ਮੰਗ ਲੈਣੀ ਚਾਹੀਦੀ ਹੈ ਸਰਕਾਰਾਂ ਤੋਂ। ਪਰ ਫਿਰ ਵੀ ਮੈਂ ਜ਼ਰੂਰ ਕਹੂੰਗਾ ਵੀ ਜੇ ਇਸ ਤਰੀਕੇ ਨਾਲ ਕੋਈ ਫੈਸਲਾ ਹੋਇਆ, ਉਹਦਾ ਆਧਾਰ ਸਟੇਟ ਦੀ ਗੌਰਮੈਂਟ ਨੇ ਕੀ ਬਣਾਇਆ, ਕਿਸ ਗਰਾਊਂਡ 'ਤੇ ਉਹਨਾਂ ਵਾਸਤੇ ਮਾਫ਼ੀ ਮੰਗੀ ਗਈ ਹੈ, ਕਿਸ ਗਰਾਊਂਡ 'ਤੇ ਉਹਨਾਂ ਨੂੰ ਐਕਵਿਟਡ ਕੀਤਾ ਜਾ ਰਿਹਾ, ਜਾਂ ਜਿਨ੍ਹਾਂ ਨੇ ਸਜ਼ਾ ਹੀ ਨਹੀਂ ਭੁਗਤੀ ਕਿਸ ਗਰਾਊਂਡ 'ਤੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈ, ਇਹ ਮੈਨੂੰ ਲੱਗਦਾ ਹੈ ਵੀ ਇਹ। ਕੰਗ ਸਾਹਿਬ, ਤੁਸੀਂ ਬਹੁਤ ਸਿਆਣੇ ਬਣੇ ਹੋ, ਤੁਹਾਡੇ ਯੂਥ ਦੇ ਵਿੱਚ ਤੁਹਾਡੀ ਚਰਚਾ ਵੀ ਹੁੰਦੀ ਹੈ, ਬੜੇ ਸਿਆਣੇ ਨੇ ਕੰਗ ਸਾਹਿਬ। ਕੰਗ ਸਾਹਿਬ, ਅੱਖਾਂ ਮੀਚ ਕੇ ਸੈਂਟਰ ਗੌਰਮੈਂਟ ਤਾਂ ਨਹੀਂ ਫੈਸਲੇ ਕਰ ਦਿੰਦੇ? ਮੈਂ ਕਹਿ ਰਿਹਾ ਪੰਜਾਬ ਸਰਕਾਰ ਕੁਛ ਵੀ ਲਿਖ ਕੇ ਦੇ ਦੂੰਗਾ। ਮੈਂ ਤੁਹਾਨੂੰ ਨਿੱਜੀ ਰਾਏ ਦੱਸ ਦਿੰਦਾ, ਮੇਰੀ ਆਪਣੀ ਨਿੱਜੀ ਰਾਏ ਹੈ ਵੀ ਜੇ ਇਸ ਤਰੀਕੇ ਨਾਲ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਜਿਨ੍ਹਾਂ ਨੇ ਕੀਤੀ ਆ, ਜਾਂ ਜਿਨ੍ਹਾਂ ਨੇ ਬੇਕਸੂਰ ਸਿੱਖਾਂ ਦਾ ਨੂੰ ਮਰਡਰ ਕੀਤਾ, ਮਾਰਿਆ, ਉਹ ਬੰਦਿਆਂ ਨੂੰ ਇਸ ਤਰ੍ਹਾਂ ਬਿਨਾਂ ਸਜ਼ਾ ਭੁਗਤੇ ਛੱਡਣਾ ਨਹੀਂ ਚਾਹੀਦਾ। ਇਹ ਫੈਸਲਾ ਰਿਵਿਊ ਹੋਣਾ ਚਾਹੀਦਾ, ਫੈਸਲਾ ਰਿਵਿਊ ਹੋਣਾ ਚਾਹੀਦਾ। ਬੇਟਾ ਸਿੰਘ ਬਰਾਗੀ, ਤੁਹਾਨੂੰ ਕਸੂਰਵਾਰ ਕੌਣ ਲੱਗਦਾ? ਦੇਖੋ, ਸਮੇਂ ਦੀਆਂ ਸਰਕਾਰਾਂ ਹੀ ਕਸੂਰਵਾਰ ਨੇ ਜੀ, ਚਾਹੇ ਉਹ ਸੈਂਟਰ ਹੋਵੇ ਚਾਹੇ ਪੰਜਾਬ ਹੋਵੇ, ਖਾਸ ਕਰਕੇ ਉਦੋਂ ਜਦੋਂ ਉਹੋ ਜਿਹੇ ਜ਼ੁਲਮਾਂ ਕਰਨ ਵਾਲੇ ਬੰਦਿਆਂ ਨੂੰ ਜਿਨ੍ਹਾਂ ਨੇ ਫਾਲਸ ਇਨਕਾਊਂਟਰ ਕੀਤੇ ਹੋਣ, ਜਿਨ੍ਹਾਂ ਨੇ ਡਿਸਅਪੀਅਰੈਂਸ ਕੀਤੀਆਂ ਹੋਣ, ਇਕੱਲੇ ਜੇ ਮੈਂ ਖਾਲੜਾ ਸਾਹਿਬ ਦੀ ਮੌਤ ਦੀ ਇੱਥੇ ਗੱਲ ਕਰਾਂ, ਉਹਨਾਂ ਦੇ ਦੋਸ਼ੀਆਂ ਨੂੰ ਜੇ ਛੱਡਿਆ ਜਾਂਦਾ, ਮੈਂ ਕਹਿੰਦਾ ਉਹਨਾਂ ਦਾ ਇਕੱਲਾ ਜਿੰਨੇ ਪਿੱਛੇ ਉਹਨਾਂ ਨੇ ਇੰਨੇ ਜਾਣੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਉਹਨਾਂ ਨੇ ਟਰੇਸ ਕੀਤੇ ਸੀ, ਜਿਹੜੇ ਅਨਆਡੈਂਟੀਫਾਈ ਸੀਗੇ, ਇਹ ਬਿਲਕੁਲ ਗਲਤ ਹੈ, ਨਹੀਂ ਕੀਤਾ ਜਾਣਾ ਚਾਹੀਦਾ। ਹਾਲਾਂਕਿ ਇਹਦੇ ਨਾਲ ਇਹਨਾਂ ਦੀ ਰਿਹਾਈ ਦੇ ਨਾਲ ਜਿਹੜੇ ਹੋਰ ਮੁਲਾਜ਼ਮ ਹੈਗੇ ਆ ਪੁਲਿਸ ਵਰਦੀ ਦੇ ਵਿੱਚ, ਜਿਹੜੇ ਉਹਨਾਂ ਦੇ ਹੌਸਲੇ ਬੁਲੰਦ ਹੁੰਦੇ ਆ, ਜਿਹੜੇ ਇਹੋ ਜਿਹੀ ਇੰਟੈਂਸ਼ਨ ਦੇ ਆ ਜਾਂ ਇਹੋ ਜਿਹੀ ਨੇਚਰ ਦੇ ਆ, ਇਹ ਜੇ ਛੱਡਣਾ ਗੌਰਮੈਂਟ ਨੇ, ਠੀਕ ਹੈ, ਇੱਕ ਪਵਿੱਤਰ ਦਿਹਾੜਾ ਆ ਰਿਹਾ ਵਾ, ਹਜ਼ਾਰਾਂ ਦੀ ਤਦਾਦ ਦੇ ਵਿੱਚ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਪ੍ਰੈਜੀਡੈਂਟ ਮੂਹਰੇ, ਗਵਰਨਰ ਸਾਹਿਬ ਮੂਹਰੇ, ਉਹਨਾਂ ਨੂੰ ਛੱਡ ਦੇਣ ਅਤੇ, ਪਰ ਜਿਹੜੇ ਕ੍ਰਿਮੀਨਲਸ ਨੇ ਉਹ ਤਾਂ ਕ੍ਰਿਮੀਨਲਸ ਨੇ, ਜਿਹੜੇ ਅਜੇ ਹਾਰਡ ਕੋਰ ਰੋਲ ਕਿਹਦਾ ਜ਼ਿਆਦਾ, ਸਟੇਟ ਗੌਰਮੈਂਟ ਦਾ ਸੈਂਟਰ ਗੌਰਮੈਂਟ ਦਾ? ਦੇਖੋ ਜੀ, ਸਟੇਟ ਗੌਰਮੈਂਟ ਦਾ ਤਾਂ ਹੈ ਹੀ ਹੈ, ਅਤੇ ਨੋ ਡਾਊਟ ਸੈਂਟਰ ਗੌਰਮੈਂਟ ਦਾ ਵੀ ਹੈਗਾ, ਕਿਉਂਕਿ ਜਿਹੜੀਆਂ ਇਹਨਾਂ ਦੀਆਂ ਸੈਂਟੈਂਸਿਸ ਹੋਈਆਂ ਕਾਫੀਆਂ ਦੀਆਂ, ਉਹ ਜਿਹੜੇ ਐਕਟ ਸੀਗੇ ਉਹ ਜ਼ਿਆਦਾਤਰ CBI ਕੋਰਟ ਵਿੱਚੋਂ ਸੀਗੇ ਜਾਂ NIA ਨੇ ਕੀਤੇ ਹੋਏ ਸੀਗੇ, ਟ੍ਰਾਇਲ ਵਗੈਰਾ ਕੀਤੇ ਸੀਗੇ, ਅਤੇ ਉੱਥੇ ਸੈਂਟਰ ਗੌਰਮੈਂਟ ਜ਼ਿਆਦਾ ਇਨਵੋਲਵ ਹੈਗੀ ਆ ਅਤੇ ਪੰਜਾਬ ਗੌਰਮੈਂਟ। ਗੁਰਤੇਜ ਸਿੰਘ ਜੀ, ਜਿਹੜਾ 25,000 ਸਿੱਖਾਂ ਦੇ ਝੂਠੇ ਮੁਕਾਬਲੇ ਦਾ ਨਿਆਂ ਮੰਗਦੇ ਪਏ ਹੋ ਤੁਸੀਂ ਸਾਰੇ ਲੋਕ, ਇਹਦਾ ਮਤਲਬ ਉਹ ਨਿਆਂ ਹੁਣ ਭੁੱਲ ਜਾਓ ਤੁਸੀਂ? ਦੇਖੋ, ਨਿਆਂ ਇਹਨਾਂ ਦੀ ਤਾਂ ਇੰਟੈਂਸ਼ਨ ਇਹੀ ਹੈ ਕਿ ਜੋ ਵੀ ਕੁਛ ਹੋਇਆ ਤੁਸੀਂ ਭੁੱਲ ਜਾਓ, ਤੁਹਾਡੇ ਨਾਲ ਕਦੇ ਵੀ ਨਿਆਂ ਨਹੀਂ ਹੋ ਸਕਦਾ। ਲੇਕਿਨ ਅਸੀਂ ਜਾਣਦੇ ਹਾਂ ਕਿ ਸੰਵਿਧਾਨ ਦੀ ਮਨਸ਼ਾ ਇਹ ਨਹੀਂ ਹੈ, ਕਾਨੂੰਨ ਦੀ ਮਨਸ਼ਾ ਇਹ ਨਹੀਂ ਹੈ, ਜੋ ਸਾਰੀ ਦੁਨੀਆ ਦੇ ਉੱਤੇ ਪ੍ਰਚਲਿਤ ਕਾਨੂੰਨ ਹੈ, ਜੋ ਹਿਊਮਨ ਰਾਈਟਸ ਦੇ ਜੀ ਪੋਜੀਸ਼ਨ ਅੱਜ ਦੀ ਦੁਨੀਆ ਦੇ ਵਿੱਚ, ਉਹਨਾਂ ਦੀ ਮਨਸ਼ਾ ਇਹ ਨਹੀਂ ਕਿ ਅਸੀਂ ਸਾਰਾ ਕੁਛ ਭੁੱਲ ਜਾਈਏ। ਅਸੀਂ ਇਸ ਨੂੰ ਐਜੀਟੇਟ ਕਰਦੇ ਰਹਾਂਗੇ, ਰੱਬ ਜਾਣੇ ਅਸੀਂ ਆਪਣੇ ਟੀਚੇ 'ਤੇ ਪਹੁੰਚਦੇ ਹਾਂ ਕਿ ਨਹੀਂ ਪਹੁੰਚਦੇ। ਲੇਕਿਨ ਜਿਹੜਾ 30-40 ਸਾਲ ਤੋਂ ਇਹ ਸਿਲਸਿਲਾ ਚੱਲਿਆ ਆ ਰਿਹਾ ਕਿ ਇਹਨਾਂ ਨੇ ਜ਼ੁਲਮ ਕੀਤੇ ਲੋਕਾਂ ਨਾਲ, ਨਿਰਦੋਸ਼ ਬੱਚਿਆਂ ਨੂੰ ਫੜ ਫੜ ਕੇ ਮਾਰਿਆ। ਤੁਸੀਂ 25,000 ਦੀ ਗੱਲ ਕਰਦੇ ਹੋ, ਸਾਡਾ ਐਸਟੀਮੇਟ ਇਹ ਹੈ
तीन प्राइम मिनिस्टर्स नूं मिल के मैं डेपुटेशन लैके गया जी सानूं दसो तां सही किनूं मारिया तुसीं ओह जिस तरह सूचियां दे बारे कुछ नहीं दसदे जिस तरह छड्डन वाले दे बारे कुछ नहीं दसदे सारा कुछ सीक्रेट तुहानूं इहनां बारे पता किहनां नूं छड्डा जा रिहा नहीं कोई पता नहीं और ना ही पता लगना है किसी नूं अपने आप जो घर आ गए तो देखा गे फिर पता लगेगा हो करिए दसो असि बर्दाश्त कर लिए जो कुछ जुल्म हो लोगों के उत्ते सोलह सोलह सतारह साल के बच्चों लैके घर इनोसेंट बच्चों फड़ के और लैके गोलियां मार के उन्होंने लाशा साड़ दतियां ये कह के जी ये अणपछाते हैं इस तरह का जुल्म संसार के तख्ते के उत्ते कदे किसी नाल नहीं होया असी गुरु नानक दे सिख हाँ गुरु की सिक्ख्या यह है कि ना किसी डराना है ना किसी डरना है अपना जो न्या है सच है उस उत्ते डट के रहना है ठीक है असी अपनी ड्यूटी कर रहे हैं ड्यूटी कर रहे हैं छोटा ब्रेक लेना ब्रेक तो बाद वापस आऊंगा जज्बात ते जुर्म दे विच फर्क कौन नहीं समझना चाहता ज किसी को फर्क पता है तो वह फर्क है जोड़ा वो दसना नहीं चाहता तो दिखाना नहीं चाहता बहुत सारे सवाल योजे है ब्रेक तो वापस आके जसवंत सिंह खालड़ा हर का सिखर इस डिबेट के क्यों उठेगा तो क्यों उठ रहा है वो सवाल माली साहब पूछूंगा जरूर ब्रेक तो वापस आके सवाल क्यों पूछ रहे सवाल अस ये पूछ रहे सजा याफ्ता पुलिस वाले की रिहाई से मोहर लगाने वाली सियासत की सुनेहा दे रही है मलवंत सिंह माली तुम वार बार अक्सर इस डिबेट के खालड़ा साहब हर का जिक्र करते हो अज की कहना चाहोगे जसवंत सिंह खालड़ा हर के परिवार को तो जो खालड़ा मिशन है उन्होंने की कहना चाहोगे नहीं खालड़ा साहब के परिवार को भी मैं कहना चाहूँगा पर पहला मैं ये भी कहना चाहना भी सानू गल समझने की लोड़ है भी ये वापर की रहा हाँ। चलो तुसी तो ठीक है तुसी माफ़ी मंग ली हाँ। भी किसी गल का कोई पता नहीं बहसा हो रही ने हाँ। देखो पंजाब आ जिहड़ा पिछले 30-35 सालों तो इन्होंने एक भारतीय राष्ट्रवाद को मजबूत करने लई प्रयोगशाला बनाया होया तजर्बे किए जा रहे ने इत्थे इहदा पहली पॉलिसी आ क्रिएट मोर एंड मोर कन्फ्यूजन वध तो वध कचोला पा दो दूजी पॉलिसी आ टू ब्लेम द विक्टम जिहड़ा पीड़ित आ उहनूं दोषी करार दिओ हुण तुसीं इह वेखो जी खालड़ा साहब नूं 7-8 दिन पहला मैं उहनां दे घर मिलिया सी उहनां ने जो सारा पहला असीं भी मनुखी अधिकार संगठन च कम करदे सी बैंस साहब दे नाल मैं पंजाब दा जनरल सकत्तर सी खोज पड़ताल दा उदों सारियां गल्लां उहनां नाल डिस्कस होईआं सी ते उहनां ने कहा वी जदों मैं किसी भारतीय संविधान के कानून की भोरा भी उलंघना नहीं कर रहा फिर यार मैं किवें मार देंगे मैं यूरोप दे विच गया मैं उत्थे बोलिया आ मसला बनिया कुदरती है मैं कहा जी खालड़ा साहब ये बर्दाश्त नहीं कर सकती पुलिस जो तुसी कर रहे हो करना चाहिए पर यह तुहानू इन्हें मार देना कुदरती बाद ये भाणा वापर खालड़ा साहब की करनगे जी खालड़ा श्रोमणी अकाली दल के मनुखी अधिकार विंग का जनरल सकत्तर श्रोमणी अकाली दल के प्रधान ने एक शब्द नहीं बोलिया वो किडनैप करन ते जो कम किया तार पाई सुप्रीम कोर्ट जथेदार गुरचरण सिंह टौड़ा ने पाई चीफ जस्टिस कुलदीप सिंह ने सो मोटो नोट्स लैके PIL बनाया जो ने खालड़ा साहब ने कम किया सी उहदे उत्ते अकाली सरकार ने 10 सालों च मिट्टी पाउण दा पूरा कम किया वादा किया इह सी जिहड़ा लोकां दा खून डुल्लिया सी जांच करावांगे मैनीफेस्टो 97 दा पढ़ लो उच्च पद्धरी जांच कमिशन बनेगा सारे मुकाबलियां दी जांच होगी हिंसा दे कारणां दी जांच होगी दोषी नूं कटहरे च खड़ा कीता जाऊगा विधानसभा च सवाल होया बादल साहब पाओ मिट्टी जी दब्बे मुर्दे फरोल के आपां की कर लांगे ये लगातार इन्हां सालां च माहौल बनाया पर तुसीं इह वेखो ना जी दिल्ली दे विच कतलेआम हुंदा वार वार उन्हां दी गल हुंदी आ होणी चाहीदी आ दोषियां नूं भी सज़ा मिलनी चाहीदी आ एक दो दोषियां नूं जे टाइटल जां दो तीन होर हो गए इहदे नाल मसला नहीं हल होना स्टेट दी इक नीति आ घट गिणती दी नशलकुशी दी 25,000 मुंडा चलो 20,000 ला लो अंकड़े 'च फर्क हो सकदा गुरतेज सिंह जी वड्डा अंकड़ा दसदे ने प्लानिंग करके स्कीम करके फड़ फड़ के मारिया नहीं तुम ये कहना चाह रहे हो माली साहब कि सिखां नूं सिखां दे खिलाफ खड़े खड़े होने का जिहड़ी एक रणनीति की जा रही है नहीं सिखां नूं सिखां दे खिलाफ खड़े करना मतलब नहीं हाँ, फिर की हो रहा मतलब यह आ एक नीति टेस्ट की जा रही है भी जो किसी घट गिणती से तशद्दुद होंदा तां उस घट गिणती नूं इंसाफ नहीं मिल सकता जिहड़े उन्हां दे लीडरां नूं तुसीं अग्गे लाउंदे हो उन्हां नूं तुसीं नहीं माली साहब आपां थोड़ी गल समझ के अग्गे तुरीए ना हुण कैप्टन अमरिंदर सिंह सिफारिश करदे पए आ सुखबीर सिंह बादल ने हुण विरोध जताया है क्या ਤੁਸੀਂ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਨੂੰ ਸ਼੍ਰੋਮਣੀ ਅਕਾਲੀ ਦੇ ਵਿਰੋਧ ਨੂੰ ਉਹਨਾਂ ਕਰਕੇ ਕਿਉਂ ਦੇਖਣਾ ਚਾਹੁੰਦੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸਭ ਤੋਂ ਵੱਡਾ ਪਖੰਡ ਸੁਖਬੀਰ ਬਾਦਲ ਦਾ ਸੁਖਬੀਰ ਬਾਦਲ ਦੇ ਪਿਤਾ ਦੀ ਸਰਕਾਰ ਆ ਅਕਾਲੀ ਦਲ ਦੀ ਜਿਹਨੇ ਪਹਿਲੀ ਵਾਰ ਆ ਕੇ ਫੈਸਲਾ ਕੀਤਾ ਵੀ ਪੁਲਿਸ ਵਾਲਿਆਂ ਦੇ ਕੇਸ ਆ ਜਿਹੜੇ ਸਰਕਾਰੀ ਖਰਚੇ 'ਤੇ ਲੜੇ ਜਾਣਗੇ
ਪਹਿਲਾਂ ਪੁਲਿਸ ਵਾਲੇ ਜਿਹੜਾ ਕੁਛ ਵੀ ਕਰਦੇ ਸੀ ਨਾ ਜੀ, ਉਹਨਾਂ ਨੂੰ ਆਪਦੇ ਨਿੱਜੀ ਜੇਬ 'ਚੋਂ ਖਰਚ ਕਰਨਾ ਪੈਂਦਾ ਸੀ। ਜਿੰਨਿਆਂ ਨੂੰ ਸਜ਼ਾਵਾਂ ਹੋਈਆਂ ਉਹਨਾਂ ਨੂੰ ਨੌਕਰੀ 'ਤੇ ਰੱਖਿਆ, ਜੇਲ੍ਹਾਂ 'ਚ ਉਹਨਾਂ ਨੂੰ ਤਨਖਾਹ ਮਿਲਦੀ ਰਹੀ। ਤੁਸੀਂ ਮੈਨੂੰ ਇਹ ਦੱਸੋ ਤਾਂ ਸਹੀ ਨਾ ਵੀ ਸੁਖਬੀਰ ਬਾਦਲ ਜੋ ਅੱਜ ਕਹਿ ਰਿਹਾ, ਅੱਜ ਸਿੱਖਾਂ ਦੇ ਮਨਾਂ ਦੇ ਵਿੱਚੋਂ ਜੋ ਹਾਲਤ ਆ ਉਹਨਾਂ ਦੀ, ਉਹਦੇ ਵਿੱਚ ਪਰ ਉਹਦਾ ਜੋ ਪਿਛੋਕੜਾ ਇੱਦੂ ਬਿਲਕੁਲ ਉਲਟਾ। ਦੂਜੀ ਗੱਲ, ਤੁਸੀਂ ਜੇ ਕਰੰਟ 'ਤੇ ਆਉਣਾ ਚਾਹੁੰਦੇ ਹੋ, ਮੈਂ ਬੈਕਗਰਾਊਂਡ ਤਾਂ ਦੱਸਣਾ ਚਾਹੁੰਦਾ ਸੀ, ਇਹ ਕੇਂਦਰ ਸਰਕਾਰ ਜ਼ਿੰਮੇਵਾਰ ਆ, ਅਮਿਤ ਸ਼ਾਹ ਜ਼ਿੰਮੇਵਾਰ ਆ, ਮੋਦੀ ਸਰਕਾਰ ਜ਼ਿੰਮੇਵਾਰ ਆ, ਇਹਦੇ ਲਈ RSS ਜ਼ਿੰਮੇਵਾਰ ਆ ਜਿਹੜੀ ਪਲੈਨਿੰਗਾਂ ਘੜ ਕੇ ਦੇ ਰਹੀ ਆ। ਅਜੀਤ ਡੋਵਾਲ ਆ ਜਿਹੜਾ, ਉਹ ਇਕੱਲਾ ਮੋਦੀ ਦਾ ਸੁਰੱਖਿਆ ਸਲਾਹਕਾਰ ਨਹੀਂ, ਉਹ ਕੈਪਟਨ ਦਾ ਵੀ ਸੁਰੱਖਿਆ ਸਲਾਹਕਾਰ ਆ। ਤੁਸੀਂ ਦੇਖੋ ਪਾਲਿਸੀ ਕੀ ਹੋਈ ਆ, ਡਰੋਨ ਦਾ ਮਸਲਾ, ਡਰੋਨ ਦਾ ਮਸਲਾ ਉਠਾ ਕੇ ਤੁਸੀਂ ਕੱਟਵਾਦ ਦਾ ਹੂਆ ਖੜਾ ਕਰ ਲਿਆ, ਮੁੜ ਕੇ ਪੁਲਸੀਆਂ ਨੂੰ ਸਾਹਮਣੇ ਲਿਆਂਦਾ। ਇਹਨਾਂ ਨੇ ਦਹਿਸ਼ਤਵਾਦ ਦੇ ਖਿਲਾਫ ਲੜਾਈ ਲੜੀ ਆ, ਇਹਨਾਂ ਨੂੰ ਕਿਹੜੇ ਕਾਨੂੰਨ ਨੇ ਆਗਿਆ ਦਿੱਤੀ ਸੀ ਇਹ ਕੁਛ ਕਰਨ ਦੀ? ਹਾਂ ਤੁਸੀਂ ਕਹੋ ਸਰਕਾਰ ਦੀ ਪਾਲਿਸੀ ਸੀ ਵੀ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਫੜ ਕੇ ਮਾਰਨਾ, ਫਿਰ ਇਹਦੇ ਬਾਰੇ ਗੱਲ ਹੋਊ ਨਾ ਜੀ। ਠੀਕ ਹੈ, ਅਰਸ਼ੀ ਸਿੰਘ ਕਲੇਰ ਕੁਛ ਕਹਿਣਾ ਚਾਹੋਗੇ ਕਿ ਨਹੀਂ ਤੁਸੀਂ? ਮੈਂ ਬਿਲਕੁਲ ਕਹਿਣਾ ਚਾਹੁੰਦਾ ਜੀ, ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿ ਮਾਲੀ ਸਾਹਿਬ ਉਰੇ ਬੈਠੇ ਇਹ ਕਾਂਗਰਸ ਨੂੰ ਡਿਫੈਂਡ ਕਿਉਂ ਕਰਨਾ ਚਾਹ ਰਹੇ ਨੇ। ਮਾਲੀ ਸਾਹਿਬ ਨੇ ਇੰਨਾ ਲੰਬਾ ਚੌੜਾ ਭਾਸ਼ਣ ਦਿੱਤਾ, ਮੈਨੂੰ ਮਾਲੀ ਸਾਹਿਬ ਇੱਕ ਗੱਲ ਦੱਸਣ ਵੀ ਜਿਹੜੀ ਸਿੱਖਾਂ ਦੀ ਪੰਜਾਬ 'ਚ ਨਸਲਕੁਸ਼ੀ ਹੋਈ ਉਹ ਕਿਹਦੇ ਦੌਰ 'ਚ ਹੋਈ? ਕਾਂਗਰਸ ਦੇ ਵੇਲੇ ਹੋਈ। ਮਾਲੀ ਸਾਹਿਬ ਕਾਂਗਰਸ ਦਾ ਨਾਂ ਤੱਕ ਨਹੀਂ ਲੈਂਦੇ ਹੈਗੇ, ਮਾਲੀ ਸਾਹਿਬ ਕਾਂਗਰਸ ਦਾ ਨਾਂ ਤੱਕ ਨਹੀਂ ਲੈਂਦੇ। ਫਿਰ ਮੈਨੂੰ ਫਿਰ ਜੋ ਮੁਕਾਬਲੇ ਕਦੋਂ ਕਰੇ, ਕਦੋਂ ਹੋਇਆ ਦੱਸੋ ਨਾ ਮਾਲੀ ਸਾਹਿਬ, ਉਹ ਵੀ ਦੱਸੋ ਕਿ ਕਦੋਂ ਹੋਏ ਮੁਕਾਬਲੇ। ਮੈਨੂੰ ਜੋ ਸਵਾਲ ਪੁੱਛਿਆ ਜੋ ਮੈਂ ਉਹ ਦੱਸੂਣਾ ਨਹੀਂ ਮਾਲੀ ਸਾਹਿਬ। ਫਿਰ ਹੁਣ ਚਲੋ ਚਲੋ ਮੈਂ ਸਵਾਲ ਕਰ ਲੈਣਾ ਕਲੀਅਰ ਸਾਹਿਬ, ਮੈਂ ਸਵਾਲ ਕਰ ਲੈਣਾ। ਜੇ ਮਾਲੀ ਸਾਹਿਬ ਤੋਂ ਤਸੱਲੀ ਹੋ ਜੂਗੀ, ਮਾਲੀ ਸਾਹਿਬ ਕਹਿ ਦੇਣਗੇ ਕਿ ਕਾਂਗਰਸ ਸਰਕਾਰ ਵੇਲੇ ਸਭ ਕੁਝ ਹੋਇਆ, ਤੁਸੀਂ ਕੀ ਕਰ ਲਿਆ ਉਸ ਤੋਂ ਬਾਅਦ? ਉਸ ਤੋਂ ਬਾਅਦ ਸਰਕਾਰਾਂ ਨਹੀਂ ਹੈ, ਤੁਸੀਂ ਕੀ ਕਰ ਲਿਆ? ਤੁਸੀਂ ਕਿਹਨੂੰ ਫੜ ਕੇ ਅੰਦਰ ਪਾਤਾ ਦੱਸੋ ਮੈਨੂੰ? ਨਕੋਦਰਗੜ੍ਹ ਯਾਦ ਆ ਕਿ ਨਕੋਦਰਗੜ੍ਹ ਵੀ ਭੁੱਲ ਗਏ ਤੁਸੀਂ? ਕੇਪੀ ਜੀ, ਇਹ ਸਾਰੇ ਕੇਸ ਉਹਨਾਂ ਪੁਲਿਸ ਵਾਲੇ ਪੁਲਿਸ ਅਫਸਰਾਂ ਦਾ ਕੀ ਕੀਤਾ ਤੁਸੀਂ ਕਲੀਅਰ ਸਾਹਿਬ? ਕੇਪੀ ਜੀ ਮੈਂ ਦੱਸਦਾ, ਹੁਣ ਵੀ ਜਿਹੜੀ ਸਜ਼ਾ ਦੀ ਤੁਸੀਂ ਇਹ ਗੱਲ ਕਰ ਰਹੇ ਹੋ, ਇਹ ਸਾਰੇ CBI ਦੇ ਕੇਸਿਸ ਨੇ, ਇਹ ਸਾਰੇ ਸੁਪਰੀਮ ਕੋਰਟ ਦੀ ਜਿਹੜੀ ਇਹਦੀ ਗੱਲ ਕਰਦੇ ਨੇ, ਸਾਰੇ ਇਨਵੈਸਟੀਗੇਸ਼ਨ ਦੇ ਮੈਟਰ CBI ਨੂੰ ਟ੍ਰਾਂਸਫਰ ਹੋ ਗਈਆਂ ਸੀ। ਇਹ ਜਿਹੜੀ ਅਦਾਲਤ, ਜਿਹੜੇ ਵੀ ਪੁਲਿਸ ਮੁਲਾਜ਼ਮ ਨੇ ਅੱਤਵਾਦ ਦੇ ਟਾਈਮ ਦੇ ਜਿਨ੍ਹਾਂ ਦੀ ਅੱਜ ਆਪਾਂ ਗੱਲ ਕਰ ਰਹੇ, ਸ਼ਾਇਦ ਆਪਾਂ ਨੂੰ ਨਾ ਉਹਨਾਂ ਦੇ ਨਹੀਂ ਪਤਾ, ਪਰ 95% ਪੁਲਿਸ ਮੁਲਾਜ਼ਮ ਅੱਤਵਾਦ ਦੇ ਟਾਈਮ ਜਿਹਨਾਂ ਨੂੰ ਸਜ਼ਾਵਾਂ ਹੋਈਆਂ, ਉਹਨਾਂ ਨੂੰ CBI ਕੋਰਟ ਨੇ ਟਰਾਈ ਕੀਤਾ। ਇਹ ਇਨਵੈਸਟੀਗੇਸ਼ਨਾਂ ਹੀ ਪੰਜਾਬ ਸਰਕਾਰ ਕੋਲੋਂ ਜਾ ਚੁੱਕੀਆਂ ਸੀ, ਇਹ CBI ਨੇ ਇਨਵੈਸਟੀਗੇਟ ਕੀਤਾ, CBI ਨੇ ਜਵਾਬ ਦਿੱਤੇ। ਕੈਪਟਨ ਅਮਰਿੰਦਰ ਸਿੰਘ, ਕਸੂਰਵਾਰ ਨਹੀਂ ਹੈਗੇ? ਜਦੋਂ ਸਜ਼ਾ ਹੋ ਗਈ ਉਹ ਪੰਜਾਬ ਜੇਲ੍ਹ 'ਚ ਆ ਗਏ, ਹੁਣ ਰਿਕਮੈਂਡਿੰਗ ਅਥਾਰਟੀ ਪੰਜਾਬ ਸਰਕਾਰ ਹੈ, ਟਰਾਏ ਉਹਨਾਂ ਨੂੰ CBI ਕੋਰਟ ਨੇ ਕੀਤਾ, ਉਹ ਜੇਲ੍ਹ 'ਚ ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਹੈ, ਕੋਈ ਤਿਹਾੜ ਜੇਲ੍ਹ 'ਚ ਬੰਦ ਨਹੀਂ, ਵੀ ਸੈਂਟਰ ਦੀ ਸਰਕਾਰ ਨੇ ਕਰਤਾ ਉਹਨਾਂ ਦਾ ਕੇਸ, ਉਹ ਪਟਿਆਲੇ ਜੇਲ੍ਹ 'ਚ ਬੰਦ ਨੇ ਮੈਕਸੀਮਮ ਪੁਲਿਸ ਮੁਲਾਜ਼ਮ, ਉਹਨਾਂ ਦਾ ਕੇਸ ਪੰਜਾਬ ਦੇ ਜੇਲ੍ਹ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਨੇ ਬਣਾ ਕੇ ਭੇਜਿਆ, ਅਗਰ ਅੱਜ ਉਹ ਛੱਡੇ ਜਾ ਰਹੇ ਨੇ ਤਾਂ ਉਹ ਕਿਸ ਰੀਜ਼ਨ ਤੇ ਛੱਡੇ ਜਾ ਰਹੇ ਨੇ? ਇੱਕ ਗੱਲ ਤੁਸੀਂ ਕਹੀ ਸੀਗੀ ਕਿ ਸ਼ਾਇਦ ਸਾਨੂੰ ਨਹੀਂ ਪਤਾ ਹੈਗਾ, ਤੁਹਾਨੂੰ ਕਿਉਂ ਨਹੀਂ ਪਤਾ ਕਿ ਇਹਨਾਂ ਨੂੰ ਛੱਡਿਆ ਜਾ ਰਿਹਾ? ਤੁਹਾਨੂੰ ਕਿਉਂ ਨਹੀਂ ਪਤਾ ਗਾ? ਤੁਹਾਨੂੰ ਇਹ ਪਤਾ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਦੋਂ ਕਰਨਾ? ਉਹ ਤਰੀਕ ਤੁਸੀਂ ਐਡਵਾਂਸ ਦੱਸ ਦਿਓ, ਜਿਹੜੀ ਕਿ MHA ਜਾਂ ME ਨੇ ਦੱਸਣੀ ਹੋ, ਉਹ ਤਰੀਕਾ ਤੁਸੀਂ ਦੱਸ ਦਿਓ, ਤੁਹਾਨੂੰ ਇਹਨਾਂ ਪੁਲਿਸ ਵਾਲਿਆਂ ਬਾਰੇ ਨਹੀਂ ਪਤਾ। ਮੈਨੂੰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ, ਤੁਸੀਂ ਸਰਕਾਰ ਦੇ ਵਿੱਚ ਭਾਈਵਾਲ ਆ, ਤੁਸੀਂ ਸਰਕਾਰ ਦੇ ਵਿੱਚ ਭਾਈਵਾਲ ਆ, ਕਲੀਅਰ ਸਾਹਿਬ ਤੁਸੀਂ ਸਰਕਾਰ ਦੇ ਵਿੱਚ ਭਾਈਵਾਲ ਆ, ਤੁਹਾਨੂੰ ਪਤਾ ਹੀ ਨਹੀਂ KP ਜੀ ਭਾਸ਼ਾ ਦੀ ਕਮਰਿਆਦਾ, ਮੈਨੂੰ ਕਿਉਂ ਸ਼ਰਮ ਹੋਣੀ ਚਾਹੀਦੀ? ਨਹੀਂ ਹੋਣੀ ਚਾਹੀਦੀ ਸ਼ਰਮ, ਮੈਨੂੰ ਕਿਉਂ ਸ਼ਰਮ ਹੋਣੀ? ਮੈਨੂੰ ਨਹੀਂ ਪਤਾ ਨਾਮ, ਮੈਨੂੰ ਸ਼ਰਮ ਹੋਣੀ ਚਾਹੀਦੀ? ਨਹੀਂ, ਅਕਾਲੀ ਦਲ ਨੂੰ ਕਿਉਂ ਨਹੀਂ ਪਤਾ? ਅਕਾਲੀ ਦਲ ਨੂੰ ਨਾਮ, ਕਮਾਲ ਹੈ, ਅਕਾਲੀ ਦਲ ਨੇ ਮੁਖਾਲਫਤ ਕੀਤੀ ਹੈ, ਕਿਸ ਵਿਹਾਰ ਤੇ ਮੁਖਾਲਫਤ ਕਰਤੀ ਹੈ? KP ਜੀ ਮੁਖਾਲਫਤ ਕਿਉਂ ਕੀਤੀ ਹੈ? ਮੁਖਾਲਫਤ ਕੀਤੀ ਅਗਰ ਕੋਈ ਪੁਲਿਸ ਮੁਲਾਜ਼ਮ ਅੱਤਵਾਦ ਦੇ ਟਾਈਮ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਬਿਨਾਂ ਸਜ਼ਾ ਪੂਰੀ ਕੀਤੇ ਅਗਰ ਕਿਸੇ ਨੂੰ ਵੀ ਛੱਡਿਆ ਜਾਂਦਾ, ਜਿਵੇਂ ਪਹਿਲਾਂ UP ਦੇ ਪੁਲਿਸ ਮੁਲਾਜ਼ਮਾਂ ਨੂੰ ਛੱਡੇਗਾ, ਅਕਾਲੀ ਦਲ ਉਹਦੀ ਮੁਖਾਲਫਤ ਕਰੇਗਾ। ਅਕਾਲੀ ਦਲ ਕੋਈ ਹੋਮ ਮਿਨਿਸਟਰ ਨਹੀਂ ਹੈਗਾ, ਅਕਾਲੀ ਦਲ ਦੇ ਕੋਈ ਡਿਪਾਰਟਮੈਂਟ ਉਹ ਨਹੀਂ ਕਿ ਅਕਾਲੀ ਦਲ ਨਾਮ ਨਹੀਂ। ਅਗਰ ਅਕਾਲੀ ਦਲ, ਅਗਰ ਕੋਈ ਵੀ ਪੁਲਿਸ ਮੁਲਾਜ਼ਮ ਜਿਹਨੇ ਅੱਤਵਾਦ ਦੇ ਟਾਈਮ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ, ਅਗਰ ਪੰਜਾਬ ਸਰਕਾਰ ਉਹਨੂੰ ਛੱਡੂਗੀ ਜਾਂ ਸੈਂਟਰ ਦੀ ਸਰਕਾਰ ਉਹ 'ਤੇ ਮੋਹਰ ਲਾਊਗੀ, ਅਕਾਲੀ ਦਲ ਉਹਦਾ ਵਿਰੋਧ ਕਰੂਗਾ। ਕੰਗ ਸਾਹਿਬ, ਤੁਸੀਂ ਨਾ ਤੁਹਾਨੂੰ ਪਤਾ, ਨਾ ਇਹਨਾਂ ਨੂੰ ਪਤਾ, ਨਾ ਇਹਨਾਂ ਨੂੰ ਪਤਾ, ਨਾ ਉਹਨਾਂ ਨੂੰ ਪਤਾ, ਨਾ ਮੈਨੂੰ ਪਤਾ, ਅਸੀਂ ਬਹਿਸ ਕਿਉਂ ਕਰਦੇ ਪਏ ਹਾਂ? ਦੇਖੋ KP ਜੀ, ਦੋ ਤਿੰਨ ਗੱਲਾਂ। ਇੱਕ ਗੱਲ ਤਾਂ ਇਹ ਆ ਵੀ ਜਿਹੜਾ ਕਿ ਮਾਲੀ ਸਾਹਿਬ ਕਹਿ ਰਹੇ ਵੀ 30 ਸਾਲ ਤੋਂ ਸਿੱਖਾਂ ਦੇ ਪ੍ਰਤੀ ਨਜ਼ਰੀਆ ਹੈ ਜਿਹੜਾ ਉਹ 30 ਸਾਲ ਤੋਂ ਨਹੀਂ ਆ, ਉਹ ਜਿੱਦਣ ਦੇਸ਼ ਆਜ਼ਾਦ ਹੋਇਆ ਸੀ ਉਸ ਦਿਨ ਤੋਂ ਹੀ ਸਿੱਖਾਂ ਦੇ ਪ੍ਰਤੀ ਜਿਹੜਾ ਰਵੱਈਆ ਬੜਾ ਦੋਗਲਾ ਰਿਹਾ ਹੈ ਸੈਂਟਰ ਦਾ। ਇੱਕ ਗੱਲ, ਚਾਹੇ ਉਹ ਹੁਣ ਮੈਂ ਉਹ 'ਚ ਡਿਟੇਲ 'ਚ ਨਾ ਜਾਵਾਂ, ਤੁਹਾਨੂੰ ਆਪਾਂ ਕਈ ਵਾਰ ਡਿਬੇਟ ਕਰਦੇ ਹਾਂ, ਮੈਨੂੰ ਗੱਲ ਕਰਨ, ਅੱਜ ਜਿਹੜੀ ਸਰਕਾਰ ਹੈ ਜਿਹੜੀ, ਉਹਨਾਂ ਨੇ ਸਿੱਖਾਂ ਦੇ ਇਸ਼ੂਜ਼, ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰ ਰਹੀ ਹੈ, ਉਹਨੂੰ ਸੁਲਝਾਉਣ ਦਾ ਵੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਦੋ ਤਿੰਨ ਜਿਹੜੀਆਂ
दूसरी जिहड़ी गल आपां वार वार कह दिंदे आ भी बीजेपी नूं जिहड़ियां होर ऑर्गनाइजेशनां हमदर्दी रखदियां उह अपना एजेंडा चला रहीं, अरे उह अपना एजेंडा चला रहीं, सिखां दा एजेंडा नहीं हैगा, सिखां दीआं ऑर्गनाइजेशनां की करनियां, दूजे आ के साडे धर्म छेड़छाड़ कर सकदे, साडे धार्मिक लोग, साडे विद्वान, ਸਾਡੀਆਂ ਸੰਸਥਾਵਾਂ ਕੀ ਕਰ ਰਹੀਆਂ, ਆਪਾਂ ਦੂਜਿਆਂ ਤੇ ਬਲੇਮ ਲਾ ਦਿੰਨੇ। ਕਾਂਗਰਸ ਸਾਹਿਬ ਤੁਹਾਡੇ ਭਾਈਵਾਲ ਸਵਾਲ ਚੁੱਕ ਰਹੇ ਆ, ਦੂਰ ਜਾਣ ਦੀ ਲੋੜ ਹੀ ਨਹੀਂ, ਬਾਕੀ ਛੱਡੋ। ਮੈਨੇ ਇਸ ਮੁੱਦੇ ਤੇ ਮਾਲੀ ਸਾਹਿਬ ਬਹੁਤ ਵਿਦਵਾਨ ਹੈ, ਮੈਂ ਨਿੱਜੀ ਤੌਰ ਤੇ ਠੀਕ ਆ, ਤੁਸੀਂ ਮਾਲੀ ਸਾਹਿਬ ਨੂੰ ਕਹਿ ਲਓ ਜੋ ਮਰਜ਼ੀ ਕਹਿ ਲਓ, ਮੈਂ ਉਹਨਾਂ ਨੂੰ ਕੋਈ ਗਲਤ ਨਹੀਂ ਕਹਿ ਰਿਹਾ, ਪਰ ਮੈਂ ਨਾ ਵੀ ਆਪਾਂ ਨੂੰ ਬੈਲੈਂਸ ਗੱਲ ਕਰਨੀ ਚਾਹੀਦੀ ਆ, ਅੱਜਕ ਹਕੀਕਤ ਕੀ ਆ। ਮੈਂ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ ਸਰਦਾਰ ਗੁਰਤੇਜ ਸਿੰਘ ਹੋਣਾ ਨਾਲ, 25,000 ਦਾ ਅੰਕੜਾ ਤੇ ਉਹ ਆ ਜਿਹੜਾ ਸ਼ਮਸ਼ਾਨ ਘਾਟ ਚੋਂ ਮਿਲਿਆ ਖਾਲੜਾ ਸਾਹਿਬ ਨੂੰ, ਉਸ ਤੋਂ ਵੱਧ ਮਰੇ ਆ, ਕੋਈ ਦੋ ਰਾਏ ਨਹੀਂ ਆ। ਲੇਕਿਨ ਇੱਕ ਗੱਲ ਹੋਰ ਵੀ ਆ, ਕੇਪੀ ਸਾਹਿਬ, ਜਿਹੜੇ ਇਹ ਬੰਦੇ ਜਿਹਨਾਂ ਦੀ ਲਿਸਟ ਤੁਹਾਡੇ ਕੋਲ ਵੀ ਨਹੀਂ ਆਈ, ਸਾਡੇ ਕੋਲ ਵੀ ਨਹੀਂ ਆਏ, ਕਿਸ ਆਧਾਰ 'ਤੇ ਸਰਕਾਰ ਸਟੇਟ ਨੇ ਉਹਨਾਂ ਨੂੰ ਰਿਕਮੈਂਡ ਕੀਤਾ, ਉਹ ਕੌਣ ਬੰਦੇ, ਉਹ ਇੰਸਪੈਕਟਰ ਹੈ, ਸਬ ਇੰਸਪੈਕਟਰ ਹੈ, ਤੁਹਾਡੀ ਗੱਲ ਤੇ ਆ ਰਿਹਾ, ਕੀ ਪਤਾ ਉਹਨਾਂ ਨੂੰ ਕਿੰਨੇ ਉਹਨਾਂ ਨੂੰ ਆਰਡਰ ਦਿੱਤੇ ਹੋਣਗੇ, ਉਹ ਜ਼ਿੰਮੇਵਾਰ ਤੁਹਾਡੀ ਗੱਲ 10-15,000 ਸੈਲਰੀ ਲੈਣ ਵਾਲਾ ਇੰਪਲੋਈ ਉਹ ਆਪਣੇ ਬੌਸ ਦੀ। ਕਾਂਗ ਸਾਹਿਬ ਮੈਂ ਤੁਹਾਡੀ ਗੱਲ ਤੇ ਆਇਆ ਨਾ, ਜੇ ਕੈਪਟਨ ਅਮਰਿੰਦਰ ਸਿੰਘ ਨੇ ਜਿਹਨਾਂ ਨੂੰ ਰਿਕਮੈਂਡ ਕੀਤਾ ਹੈਗਾ, ਇਸ ਗੌਰਮੈਂਟ ਰਿਕਮੈਂਡ ਕੀਤਾ, ਤੁਹਾਨੂੰ ਨਹੀਂ ਪਤਾ ਹੈਗਾ, ਤੁਸੀਂ ਆਪਦੀ ਸਰਕਾਰ ਨੂੰ ਇਹ ਤਾਂ ਕਹਿ ਸਕਦੇ ਹੋ ਕਿ ਭਾਈ ਉੱਥੇ ਸਿੱਖਾਂ ਦੇ ਹਿਰਦੇ ਵਲੂੰਦਰੇ ਜਾਂਦੇ ਹੈਗੇ ਆ, ਇਸ ਫੈਸਲੇ 'ਤੇ ਦੁਬਾਰਾ ਨਜ਼ਰਸਾਨੀ ਕਰ ਲਓ, ਤੁਸੀਂ ਇਹ ਡਿਮਾਂਡ ਕਰੋਗੇ? ਮੈਂ ਤਾਂ ਪਹਿਲੀ ਮੈਂ ਆਪਣੀ ਰਾਏ ਦੇ ਦਿੱਤੀ ਜਦੋਂ ਸੁਖਵੀਰ ਬਾਦਲ ਮੀਡੀਆ ਬਾਈਟ ਦੇ ਰਹੇ ਸੀ ਉਹਦੇ ਨਾਲ ਸ਼ਵੇਤ ਮਲਿਕ ਜੀ ਵੀ ਬਿਲਕੁਲ ਖੜੇ ਹੋਏ ਸੀ ਸ਼ਵੇਤ ਮਲਿਕ ਜੀ ਦਾ ਬਿਆਨ ਨਹੀਂ ਆਇਆ ਲੇਕਿਨ ਬਿਲਕੁਲ ਉਹਨਾਂ ਨੇ ਕਰੂੰਗਾ ਕਿ ਜੇ ਫੈਸਲਾ ਹੋਇਆ ਇਹੋ ਜਿਹੇ ਪੁਲਿਸ ਵਾਲਿਆਂ ਨੂੰ ਮਾਫੀ ਦਿ
रिव्यू करना चाहिए। लेकिन लेकिन केपी जी ये भी गल आप विचारीए, ये कौन पुलिस वाले आ, इन्होंने कि ड्यूटी बजाई आ, केपीएस गिल के ऑर्डर से, क्या इन्हों के किस हद तक इन्हों के हाथ से कि नहीं सी, ਇਹ ਸਾਰੀਆਂ ਚੀਜ਼ਾਂ ਵੀ ਸਾਨੂੰ ਵਿਚਾਰੀ ਚਾਹੀਦੀਆਂ, ਉਹ ਵੀ ਸਿੱਖ ਹੋ ਸਕਦੇ ਆ। ਚਲੋ ਠੀਕ ਠੀਕ ਹੈ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਕਿਹੜੇ ਅਧਿਕਾਰਾਂ ਦੀ ਰਾਖੀ ਹੋ ਰਹੀ ਹੈ, ਸਵਾਲ ਬਹੁਤ ਸਾਰੇ ਹੈਗੇ ਆ ਅਤੇ ਉਹ ਸਵਾਲ ਪੁੱਛਣੇ ਲਾਜ਼ਮੀ ਹੈਗੇ ਆ, ਪਰ ਜਦੋਂ ਤੀਕਰ ਸਾਡੇ ਹੱਥ ਵਿੱਚ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਕਿਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ, ਪਰ ਜਿਹੜੇ ਖਦਸ਼ੇ ਚਾਏ ਜਾ ਰਹੇ ਹੈਗੇ ਆ ਉਹਨਾਂ ਖਦਸ਼ਿਆਂ 'ਤੇ ਡਿਬੇਟ ਹੋਣੀ ਚਾਹੀਦੀ ਹੈ, ਸਵਾਲ ਪੁੱਛਣੇ ਬਣਦੇ ਹੈਗੇ ਆ। ਜਦੋਂ ਸੂਬਾ ਸਰਕਾਰ ਸਵਾਗਤ ਕਰੇ ਅਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਰੋਧ ਕਰੇ ਜਾਂ ਹੋਰ ਤੇਰਾ ਵਿਰੋਧ ਕਰਨ, ਤਾਂ ਫਿਰ ਉਦੋਂ ਬਹਿਸ ਬਣਦੀ ਹੈ। ਇਸੇ ਕਰਕੇ ਬਹਿਸ ਕਰ ਰਿਹਾ, ਬ੍ਰੇਕ ਤੋਂ ਵਾਪਸ ਆ ਰਿਹਾ। ਮਨੁੱਖੀ ਅਧਿਕਾਰਾਂ ਦਾ ਖਿਆਲ ਕਿਹਨੂੰ ਹੈਗਾ ਅਤੇ ਕਾਮ ਦੇ ਨਾਲ ਕੌਣ ਖੜਾ ਹੈਗਾ। ਸਵਾਲ ਅਸੀਂ ਇੱਕੋ ਪੁੱਛ ਰਹੇ ਹਾਂ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸਜ਼ਾ ਯਾਫਤਾ ਪੁਲਿਸ ਵਾਲਿਆਂ ਦੀ ਰਿਹਾਈ 'ਤੇ ਮੋਹਰ ਲਗਾਉਣ ਵਾਲੀ ਸਿਆਸਤ ਕੀ ਸੁਨੇਹਾ ਦੇਰ 'ਚ ਲੱਗੀ ਹੈਗੀ ਹੈ? ਗੁਰਤੇਜ ਸਿੰਘ ਜੀ, ਇੱਕ ਮੈਂ ਤੁਹਾਡੀ ਸਟੇਟਮੈਂਟ ਪੜ੍ਹ ਰਿਹਾ ਸੀਗਾ, ਤੁਸੀਂ ਇਹ ਲਿਖਿਆ ਹੈਗਾ, ਤੁਹਾਡੀ ਸਟੇਟਮੈਂਟ ਹੈ ਕਿ ਅੱਤਵਾਦ ਦੇ ਸਮੇਂ ਪੁਲਿਸ ਵੱਲੋਂ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਵੀ ਸਿੱਖ ਜਥੇਬੰਦੀਆਂ ਦੇ ਵਫਦ ਵਿੱਚ ਸੂਬੇ ਦੇ ਰਾਜਪਾਲ ਨੂੰ ਮਿਲ ਗਏ ਸਨ, ਪਰ ਹੁਣ ਵੱਖਰਾ ਕਿਰਦਾਰ ਦਿਖਾਇਆ ਜਾ ਰਿਹਾ। ਇਸ ਸਟੇਟਮੈਂਟ ਦਾ ਮਤਲਬ ਯਾਦ ਹੈ ਕਿ ਸੁਮੇਧ ਸੈਣੀ ਨੇ ਜਿਸ ਵੇਲੇ ਲਾਠੀਚਾਰਜ ਕੀਤਾ ਸੀ ਔਰ ਇਸ ਦੇ ਉੱਤੇ ਕਈ ਸਾਰੇ ਇਲਜ਼ਾਮ ਲੱਗੇ ਸਨ, ਕੈਪਟਨ ਅਮਰਿੰਦਰ ਸਿੰਘ, ਮੇਰੇ ਦੋਸਤ ਸਰਦਾਰ ਸੁਖਿੰਦਰ ਸਿੰਘ ਅਤੇ ਮੈਂ, ਅਸੀਂ ਤਿੰਨੋਂ ਜਣੇ ਜਾ ਕੇ ਗਵਰਨਰ ਨੂੰ ਮਿਲੇ ਹਾਂ ਔਰ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਪੁਲਿਸ ਵਾਲੇ ਜਿਹੜੇ ਐਕਸੈਸਿਸ ਕਰ ਰਹੇ ਨੇ ਇਹਨਾਂ ਨੂੰ ਨੱਥ ਪਾਓ। ਇਸ ਤਰ੍ਹਾਂ ਹੀ ਇਹ ਉਸ ਸਮੇਂ ਦੇ ਵਿੱਚ ਕਈ ਸਾਰੇ ਬਿਆਨਾਂ ਇਹਨਾਂ ਦੇ ਮੈਨੂੰ ਕਈ ਲੋਕਾਂ ਨੇ ਹੁਣ ਵੀ ਭੇਜੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹ ਮੌਜੂਦ ਹਨ ਸਾਡੇ ਕੋਲ। ਹੁਣ ਸਵਾਲ ਇਹ ਨਹੀਂ ਹੈ ਕਿ ਪੀ ਜੀ ਤੁਸੀਂ ਇਹ ਨਾ ਸਮਝੋ ਕਿ ਕੋਈ ਪੁਲਿਸ ਵਾਲਾ ਕਿਸੇ ਨੂੰ ਫੜ ਕੇ ਮਾਰ ਸਕਦਾ। ਐਕਚੁਅਲੀ ਪੁਜ਼ੀਸ਼ਨ ਕਾਨੂੰਨ ਦੀ ਇਹ ਹੈ, ਇੱਥੇ ਵਕੀਲ ਸਾਹਿਬਾਨ ਬੈਠੇ ਨੇ, ਇਹ ਤੁਹਾਨੂੰ ਬਿਹਤਰ ਦੱਸ ਸਕਦੇ ਆ ਕਿ ਜੇ ਕਿਸੇ ਬੰਦੇ ਨੂੰ ਕਸਟਡੀ ਦੇ ਵਿੱਚ ਰੱਖ ਕੇ ਕੋਈ ਪੁਲਿਸ ਵਾਲਾ ਟੋਰਚਰ ਕਰੇ, ਥੱਪੜ ਮਾਰੇ ਜਾਂ ਕੋਈ ਇਸ ਤਰ੍ਹਾਂ ਦਾ ਛੋਟਾ ਮੋਟਾ ਟੋਰਚਰ ਵੀ ਕਰੇ, ਤਾਂ ਉਸਦੀ ਸਜ਼ਾ ਜਿਹੜੀ ਹੈ ਘੱਟ ਤੋਂ ਘੱਟ 7 ਸਾਲ ਦੀ ਹੈ। ਪੁਲਿਸ ਵਾਲੇ ਆਪਣੇ ਤੌਰ ਦੇ ਉੱਤੇ ਇਹ ਸਾਰਾ ਕੁਛ ਨਹੀਂ ਕਰ ਸਕਦੇ ਜੋ ਕੁਛ ਸਾਡੇ ਸਾਹਮਣੇ ਹੋਇਆ। ਇਹ ਸਾਰਾ ਕੁਛ ਸਰਕਾਰਾਂ ਨੇ ਕਰਵਾਇਆ, ਜਾਣ ਕੇ ਕਰਵਾਇਆ, ਉਹਨਾਂ ਨੂੰ ਮੁਆਫ਼ੀ ਦਾ ਵਾਅਦਾ ਕਰਕੇ ਕਰਵਾਇਆ, ਉਹਨਾਂ ਦੀਆਂ ਤਨਖਾਹਾਂ ਬਰਕਰਾਰ ਰੱਖੀਆਂ, ਉਹਨਾਂ ਦੇ ਜਿਹੜੇ ਵੀ ਕਾਰਨਾਮੇ ਸੀ ਉਹਨਾਂ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਐਸੇ ਕਾਨੂੰਨ ਬਣਾਏ ਨੇ ਜਿਨ੍ਹਾਂ ਦੇ ਵਿੱਚ ਨਿਆਂ ਕੋਈ ਲੈ ਨਾ ਸਕੇ, ਇਹ ਸਾਰਾ ਕੁਛ ਸਾਰਿਆਂ ਦੇ ਸਾਹਮਣੇ ਹੈ। ਇਸ ਨੂੰ ਸਮੁੱਚੇ ਜੋ ਵਰਤਾਰਾ ਹੈ ਉਸ ਦੇ ਵਿੱਚ ਵੇਖਣਾ ਜਾਇਜ਼ ਹੈ। ਦਲਜੀਤ ਸਿੰਘ ਦੀ ਕਿਤਾਬ ਹੈ, ਉਸ ਸੈਂਟਰ ਦੇ ਵਿੱਚ ਜੁਆਇੰਟ ਸੈਕਟਰੀ ਸੀ, ਰੋਵਿੰਗ ਆਈ, ਉਸ ਦੇ ਵਿੱਚ ਉਹ ਲਿਖਦੇ ਨੇ ਕਿ ਉੱਥੇ
कई तरह के ग्रुप बने हुए सन होम मिनिस्ट्री के जेडे कि अपरूव करते सन किनू मारना है। और कतलेआम इतने पंजाब दे विच हो रहा सी, जिहड़ा पी एच वैष्णव उस वेले चीफ सैकटरी सी वह बिहार गया है, अपने वह बिहारी सी, बिहार काडर दे विच बिहार तो इत्थे आया होया सीगा पंजाब काडर दे विच, और उस कोई किसी सोशल फंक्शन दे उत्ते गया, उसनू पुछया गया बिहार काडर दे कुछ लोगों ने पुछया कि तुसी इन्ना कतलेआम किया पंजाब दे विच इसकी लोड़ सी, वह कहिंदा हाँ लोड़ सी, लोड़ यह सी कि हर एक सिख अपने परछावें तो डरे, असी ये प्रभाव पाना चाहते सी। ये जिहड़ा कतलेआम होया किसी एक पुलिस वाले ने नहीं किया, के पी एस गिल की औकात सी, वह सारा कुछ इन्ने बंदियां नू मार के उस उन्हूं कुछ नहीं होया, तो एक बीबी दे नाल उसने बदसलूकी की तो उसनू सज़ा हुई। तो यह उस के पी एस गिल या किसी पुलिस वाले की गल नहीं है, ये गल ये है कि उसके पिछे जिहड़े बैठे ने वो लोग हैं जिम्मेवार, और वो लोग ये चाहते हैं कि इत्थे एक पुलिस राज रखिया जाए ना कि एक लोक राज होवे। ठीक ठीक है, मैं वापस आऊँगा तेरे को। बुढ़ा साहब राखी, तुहाडे लीडर जसवंत सिंह खालड़ा के कतल केस नाल संबंधित पुलिस अफसर का नाम है जिहड़ा इस सूची विच, वो किस आधार ते तुसीं दावा कर? बिल्कुल आधार तो यही सरकार ही नशर कर दे जी सूची बनाई है, जे साडे फैक्टरी नूं डिकलाइन करना चाहुंदी आ तां सरकार नूं सीएम साहब नूं जां सेंटर चों किसे मिनिस्ट्री नूं मूहरे आना चाहिए, खुल के आके दसे भी वह है नहीं गे, असी तां इक तुहाडे कोल कोई आधार तां होगा ना तुसीं? बिल्कुल बिल्कुल, तुसीं इस तों पहलां भी मुद्दा चुक्या सी जदों चार पुलिस अफसरां दा मुद्दा सीगा, बिल्कुल बिहार दे विच उह जिहड़े पहलां यूपी वाले भी चार हो गए सीगे, असीं उह भी मुद्दा चुक्या सी, जिवें मेरे को पैनलिस्ट ने भी सबमिट कीता वा इत्थे भी इह पूरा इक प्लैनिंग दे तहत हो रिहा वा, इह पुलिस नूं जिहे मैं कहूँगा कस्टोडियल क्राइम नूं इनकरेज करन लई जां बढ़ावा देण लई इह जिहड़े वर्दीधारी जिहड़े कातिल हैगे आ उहनां नूं छड्डिया जा रिहा, ते इहदे विच लिस्ट तुहाडे मूहरे आजूगी जे ह्यूमन राइट्स ऑर्गेनाइजेशंस होर स्ट्रोंग हो गए मूहरे ना ही आ तो जिहड़े गरीब जां मज़ूम हैगे आ जिन्हें छड्डने चाहिए वो अंदर ही डिटेन रहणगे, ते जिहड़े क्रिमिनल हैगे आ वाकिया ही उहनां नूं उहनां दी रिहाई हो जाणी है। ठीक है माली साहब जी, जे श्रोमणी अकाली दल आवाज़ नहीं चकदा तो तुम उन्होंने सवाल चुक दौ, जो आवाज़ चुकता तो सवाल चुक रहे हो, कितने तो आप खड़िए? देखो जी ये गल पता की है, हाँ असल समस्या नीति की है, भी जदों किसी मसले बारे तुसी नीति दे तौर पर कल क्लीयर नहीं होंगे, तुसी सिर्फ मौके ते सियासी रिश्तों के अनुसार जां वोटां दे हिसाब नाल बोलदे हो तां आपां विरोधी गल्लां हो जांदी। नहीं माली साहब फिर अकाली दल नूं जदों अकाली दल नहीं, मैं ओही सवाल है, जे अकाली दल ने स्टैंड लैणा सी तुसीं कहिंदे हो कि कैप्टन दे विरोध दे नाल केंद्र सरकार दा विरोध भी करना चाहीदा सी उहनां नूं, तुसीं इह कहना चाह रहे हो? नहीं नहीं, मैं तां इह कहिंदा वी जदों नीति दे तौर ते विरोध करोगे तुसीं इस मामले दे विच, इह सिद्धा गृह मंत्रालय दीआं इंस्ट्रक्शनां ने, उत्थों इंस्ट्रक्शनां आउंदीआं ने भी आह मसले नूं विचारो, इहदे बारे रिकमेंडेशन भेजो, इह कोई कैप्टन दी गल आ वी सारे जिन्ने पुलिस वाले ने 27, 11, 48 ये ने शायद 120 तो वह आ भी यह सारे माफ़ कर दो, हूँ आप कहने जी सानू आधार नहीं पता, कैप्टन ने बहुत क्लीयर आधार दिता भी इन्हों ने देश के दे दुश्मनों के खिलाफ़ लड़ाई लड़ी, जे असी इन्हों माफ़ नहीं करांगे तो आने वाले समय के पुलिस का देश के दे दुश्मनों के दहशतगर्दों खिलाफ़ लड़न का हौसला ढिला पऊ। सवाल की है जी, हूँ इतने अकाली दल के बुलारे ने भी कहा मैं कांग्रेस का नाम नहीं लैंदा, जिन्हें पंजाब नाल धक्के हुए ने जो जुल्म होया कांग्रेस के लिए जिम्मेवार आ, असीं पता की चाहुंदे भी उहदे बारे बोली जाओ, इहनूं हल करन वाले पासे ना तुरो। पंजाब दे विच झूठे पुलिस मुकाबलियां दी शुरुआत प्रकाश सिंह बादल दी सरकार वेले होई जदों नक्सली मारे गए, नंबर एक। नंबर दो, जो पंजाब च जुल्म होया दरबार साहब ते हमला किन्ना जुल्म होया कांग्रेस केंद्र सरकार की सीधी निगरानी हेठां होया। नंबर तीन, यह सारे का मुल वटिया राजसी सत्ता लई अकाली दल, ते एक भी पुलिस मुकाबले की जांच अकाली दल ने नहीं की, जेड़े कोर्टा ने किए जेड़े उन्हां दी प्रोटेक्शन की, मेरा सवाल यह है भी तुसी कीता की है इस मामले का? क्लियर क्लियर साहब इस सवाल का जवाब दे दो, सवाल सुन लिया, मैं फिर दोबारा उस गल ते आ जाना कि मैं पहला भी ये चीज़ कह चुके हैं कि ये जेड़े सारी इन्वेस्टिगेशन है टोटले CBI ने इन्वेस्टिगेट किए ने मैटर, यह फिर मैं माली जी ये गल दस दें भी जिस दी लिटिगेशन दी डिपार्टमेंट दी गल करदे की लिटिगेशन डिपार्टमेंट बादल साहब ने सेटअप कीता पंजाब, मेरा सवाल है तुसी चुनाव वादा कीता सी टोटल टोटल कतलां दी जांच कराना है, देखो माली जी गलत फैक्ट ना प्रस्तुत करो, तुसी मैनूं दसो लिटिगेशन साहब एक मिनट आपां इदां ना करिए, क्लियर साहब तुसी चलो सियासी तौर ते इस मसले नूं हल नहीं कर सके लीगली करवा दो, माली जी मेरी गल सुनो
हर चीज़ का एक प्रोविजन है। अगर इन्हों पार्डन हुई है तो अकाली दल हर वो चीज़ हर वो मुद्दा चकूगा जिस लैवल से अगर गवर्नर को जाना पे पहला यूपी वेले लीगली भी जावांगे। अगर असि हर चीज स्टेप बाय स्टेप जो ए कदम जरूरी चकने चकांगे। अगर लीगली सानू कोर्ट च भी जाना पे ए खिलाफ तो असि लीगली कोर्ट च प्ली पौनी पवी होम डिपार्टमेंट दोने पार्टी रोल ना छोटा करके क्यों देख रहे हो रिकमेंडिंग सरकार ने बनाना तुम यह चीज ना सोचो कि सेंटर ने यह तो अजम्पशन होगी कि जी असी सोच लिया घरे बह के होम मिनिस्टर ने पंजाब सरकार को कहता पंजाब सरकार ने केस बनाया ਉਹ ਪੰਜਾਬ ਸਰਕਾਰ ਨੇ ਕੇਸ ਬਣਾਇਆ ਤੇ ਸੈਂਟਰ ਦੇ ਜਿਹਨੇ ਵੀ ਡਿਪਾਰਟਮੈਂਟ ਨੇ ਉਹਨੂੰ ਐਂਡੋਰਸ ਕੀਤਾ ਪਰ ਕੇਸ ਉਹ ਪੰਜਾਬ ਸਰਕਾਰ ਦਾ ਇਸ ਲਈ ਪੰਜਾਬ ਸਰਕਾਰ ਕਟਹਿਰੇ ਦੇ ਵਿੱਚ ਠੀਕ ਹੈ ਗੁਰਤੇਜ ਸਿੰਘ ਗੱਲ ਇਹ ਹੈ ਜੀ ਕਿ ਅੱਜ ਤੋਂ ਕੋਈ 20-22 ਸਾਲ ਪਹਿਲਾਂ ਅਸੀਂ ਇੱਕ ਸਾਰੇ ਹਿਊਮਨ ਰਾਈਟਸ ਵਾਲਿਆਂ ਨੇ ਮਿਲ ਕੇ ਪੀਪਲਸ ਕਮਿਸ਼ਨ ਬਣਾਇਆ ਸੀ 97 ਚ ਉਸ ਵੇਲੇ ਸਰਕਾਰ ਸੀ ਇਹਨਾਂ ਦੀ ਅਕਾਲੀ ਦਲ ਦੀ ਜਿਹੜੇ ਇਹ ਕਹਿ ਕੇ ਸੱਤਾ ਦੇ ਵਿੱਚ ਆਏ ਸਨ ਕਿ ਅਸੀਂ ਸਾਰੇ ਜਿਹੜਾ ਕੁਛ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਉਸ ਤੋਂ ਬਾਅਦ ਜਿਹੜੇ ਬੰਦੇ ਮਾਰੇ ਗਏ ਸਾਰਿਆਂ ਦੇ ਬਾਰੇ ਅਸੀਂ ਪੜਤਾਲ ਕਰਾਂਗੇ ਇਹ ਕਹਿ ਕੇ ਸਰਕਾਰ ਦੇ ਵਿੱਚ ਆਏ ਸੀ। ਅਸੀਂ ਉਸ ਕਮਿਸ਼ਨ ਦੇ ਵਿੱਚ ਨੋਨ ਓਨੈਸਟ ਜੱਜ ਲਿਆਂਦੇ 3 ਜਿਨ੍ਹਾਂ ਨੇ ਇਹ ਸਾਰਾ ਕੇਸ ਸੁਣਨਾ ਸੀ। ਜਸਟਿਸ ਕੁਲਦੀਪ ਸਿੰਘ ਸਾਡੇ ਨਾਲ ਸਨ, ਬਾਕੀ ਉਹ ਨਵੇਂ ਨਵੇਂ ਰਿਟਾਇਰ ਹੋ ਕੇ ਆਏ ਸੀ ਔਰ ਹੋਰ 8-7 ਆਦਮੀਆਂ ਨੇ ਰਲ ਕੇ ਜਥੇਬੰਦੀਆਂ ਨੇ ਇਹ ਕਮਿਸ਼ਨ ਬਣਾਇਆ ਸੀ ਔਰ ਅਕਾਲੀ ਸਰਕਾਰ ਨੇ ਸਾਡਾ ਉਹ ਕਮਿਸ਼ਨ ਉਹਦਾ ਮਕਸਦ ਸਿਰਫ ਇਹੀ ਸੀ ਕਿ ਜਿਹੜਾ ਇਨਫੋਰਮੇਸ਼ਨ ਨਹੀਂ ਹੈ ਲੋਕਾਂ ਕੋਲ ਜਿਹੜੇ ਬੰਦੇ ਜਿਨ੍ਹਾਂ ਨੇ ਮਾਰੇ ਉਹ ਆ ਕੇ ਦੱਸਣ ਕਿ ਕਿਹਨੂੰ ਕਿਹਨੂੰ ਮਾਰਿਆ ਸੀ ਔਰ ਉਹਨਾਂ ਦੀ ਲਿਸਟ ਬਣੀ ਨਹੀਂ ਚੱਲਣ ਦਿੱਤਾ। ਵਿਰੋਧ ਇਸ ਮੁੱਦੇ ਤੇ ਅਕਾਲੀ ਦਲ ਦਾ ਵਿਰੋਧ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਕੇਂਦਰ ਸਰਕਾਰ ਦਾ ਵਿਰੋਧ ਹੈ? ਮੈਨੂੰ ਇਹ ਪਹਿਲਾਂ ਗੱਲ ਕਲੀਅਰ ਦੇਖੋ, ਅਸੀਂ ਸਾਰਿਆਂ ਦਾ ਹਰ ਮੁੱਦੇ ਨੂੰ ਰੈਡ ਕਰ ਰਹੇ ਹਾਂ। ਜਿਹੜੇ ਵੀ ਹਿਊਮਨ ਰਾਈਟਸ ਦੇ ਵਿਰੋਧ ਦੇ ਵਿੱਚ ਖੜੇ ਨੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਕਿਉਂਕਿ ਹਿਊਮਨ ਰਾਈਟਸ ਇੱਕ ਪਰਮਾਤਮਾ ਦੀ ਦਿੱਤੀ ਹੋਈ ਗਿਫਟ ਹੈ ਮੈਨਕਾਈਂਡ ਵਾਸਤੇ। ਇਸ ਨੂੰ ਘੱਟ ਨਹੀਂ ਕਰਿਆ ਜਾ ਸਕਦਾ, ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਹਿਊਮਨ ਰਾਈਟਸ ਦੇ ਖਿਲਾਫ ਇਹ ਤਿੰਨੇ ਖੜੇ ਆ, ਸ਼੍ਰੋਮਣੀ ਅਕਾਲੀ ਦਲ ਵੀ ਖੜਾ, ਕੇਂਦਰ ਸਰਕਾਰ ਵੀ ਖੜੀ ਹੈ, ਕੈਪਟਨ ਸਰਕਾਰ ਵੀ ਖੜੀ ਹੈ, ਬਿਲਕੁਲ ਖੜੇ ਨੇ। ਠੀਕ ਹੈ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ, ਆਖਰੀ ਹਿੱਸੇ ਵਿੱਚ ਆਵਾਂਗੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿੰਦਾ ਕਿੰਦਾ ਰੋਲ ਆ ਜਿਹੜਾ ਕਿੰਨਾ ਕਿੰਨਾ ਮਹੱਤਵਪੂਰਨ ਹੈਗਾ ਅਤੇ ਕਿੰਨੇ ਰੋਲ ਆਪਦਾ ਸਮੇਂ ਸਿਰ ਨਿਭਾਇਆ ਨਹੀਂ। ਇਹ ਸਾਰੀਆਂ ਚੀਜ਼ਾਂ ਸਾਫ਼ ਹੋਣੀਆਂ ਚਾਹੀਦੀਆਂ ਜਦੋਂ ਸੂਚੀ ਸਾਹਮਣੇ ਆ ਜਾਵੇ ਕਿ 45 ਪੁਲਿਸ ਵਾਲੇ ਕਿਹੜੇ ਹੈਗੇ ਆ ਜਾਂ ਇਹ 4 ਪੁਲਿਸ ਵਾਲੇ ਜਾਂ 5 ਪੁਲਿਸ ਵਾਲੇ ਆ ਜਿਹੜੇ ਉਹ ਕਿੰਨਾਂ ਨੂੰ ਛੱਡਿਆ ਜਾ ਰਿਹਾ ਹੈਗਾ, ਉਦੋਂ ਵੀ ਡਿਬੇਟ ਹੋਵੇਗੀ। ਪਰ ਇਹ ਡਿਬੇਟ ਲਾਜ਼ਮੀ ਹੈ ਅਤੇ ਇਹ ਡਿਬੇਟ ਜ਼ਰੂਰੀ ਵੀ ਹੈਗੀ ਹੈ ਕਿ ਬੰਦੀ ਸਿੰਘਾਂ ਦੇ ਨਾਲ ਇਸ ਮਸਲੇ ਨੂੰ ਜੋੜ ਕੇ ਕਿਉਂ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਸਵਾਲ 'ਤੇ ਵੀ ਆਵਾਂਗੇ, ਬ੍ਰੇਕ ਤੋਂ ਵਾਪਸ ਆ ਰਿਹਾ। ਸਵਾਲ ਕਿਉਂ ਪੁੱਛ ਰਿਹਾ, ਸਜ਼ਾ ਯਾਫਤਾ ਪੁਲਿਸ ਵਾਲਿਆਂ ਦੀ ਰਿਹਾਈ 'ਤੇ ਮੋਹਰ ਲਗਾਉਣ ਵਾਲੀ ਸਿਆਸਤ ਕੀ ਸੁਨੇਹਾ ਦੇ ਰਹੀ ਹੈ? ਮਾਲਵੀ ਸਿੰਘ ਕੰਗ, ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। ਬੰਦੀ ਸਿੰਘਾਂ ਦੀ ਰਿਹਾਈ 595 ਗੁਰਪੁਰਬ ਦੇ ਨਾਲ ਜੋੜ ਕੇ ਦੇਖੀ ਜਾ ਰਹੀ ਹੈ ਕਿ ਇਸ ਮੌਕੇ ਆ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ, ਜਿਹੜਾ ਕਾਨੂੰਨ ਉਹਨਾਂ ਨੂੰ ਇਜਾਜ਼ਤ ਦਿੰਦਾ ਹੈਗਾ ਉਸ ਦੇ ਮੁਤਾਬਕ ਉਹਨਾਂ ਨੂੰ ਰਿਹਾ ਕੀਤਾ ਜਾਊਗਾ। ਉਸ ਦੇ ਨਾਲ ਇਹ ਦੋਸ਼ੀ ਪੁਲਿਸ ਵਾਲਿਆਂ ਨੂੰ ਜੋੜਨਾ, ਉਸ 'ਤੇ BJP ਦਾ ਸਟੈਂਡ ਕੀ ਹੈ? ਮੈਂ ਇਹੀ ਤਾਂ ਗੱਲ ਕਰਨਾ ਚਾਹੁੰਦਾ ਵੀ ਹਿਊਮਨ ਰਾਈਟਸ ਦੀ ਗੱਲ ਹੋ ਰਹੀ ਹੈ, ਹੁਣ ਇਹਦਾ ਤਾਂ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਆਹ ਜਿਹੜੇ ਰਿਕਮੈਂਡ ਕੀਤੇ ਆ ਸਟੇਟ ਗੌਰਮੈਂਟ ਨੇ ਨਾਮ ਪੁਲਿਸ ਵਾਲਿਆਂ ਦੇ, ਵੀ ਇਹਦਾ ਗਰਾਊਂਡ ਕੀ ਬਣਾਇਆ? ਇਹ ਵੀ ਕਿਤੇ ਹਿਊਮਨ ਰਾਈਟ ਬੇਸ 'ਤੇ ਤਾਂ ਨਹੀਂ ਬਣਾਇਆ? ਅੱਛਾ, ਇਹਨਾਂ ਦੀਆਂ ਕਰਤੂਤਾਂ ਕੀ ਸੀ? BJP ਆਪਦੇ ਆਪ ਨੂੰ ਕਲੀਨ ਚਿੱਟ ਦੇ ਰਹੀ ਹੈ ਇਸ ਮਾਮਲੇ 'ਚ? BJP ਨੂੰ ਤਾਂ ਸਟੇਟ ਨੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪਰਬ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਰਿਕਮੈਂਡੇਸ਼ਨ ਭੇਜੀ ਐਜ਼ ਏ ਸਿੱਖ ਮੁੱਖ ਮੰਤਰੀ। ਦੇਖੋ ਸਾਰੀਆਂ ਗੱਲਾਂ ਵਿਚਾਰੀਏ ਨਾ, ਆਪਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦੇਖੀਏ ਜਾਂ ਸਿੱਖ ਪੰਜਾਬ ਦੇ ਮੁੱਖ ਮੰਤਰੀ ਨੇ ਐਜ਼ ਏ ਸਿੱਖ ਤੇ ਤੁਸੀਂ ਉਹਨਾਂ ਨੂੰ ਸਿੱਖ ਮੁੱਖ ਮੰਤਰੀ ਪ੍ਰੋਜੈਕਟ ਕਰਕੇ ਨਹੀਂ, ਮੈਂ ਅਸੀਂ ਪ੍ਰੋਜੈਕਟ ਕਿਉਂ ਆਪਦੇ ਆਪ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ? ਸਿੱਖ ਨਹੀਂ ਗਏ ਯਾਰ, BJP ਕਰਨਾ ਚਾਹ ਰਹੀ ਹੈ? ਨਹੀਂ ਨਹੀਂ, ਇਹ ਤੇ ਨੋਨ ਸੀਰੀਅਸ ਗੱਲ ਹੈ। ਨਹੀਂ, ਪੰਜਾਬ ਦੇ ਮੁੱਖ ਮੰਤਰੀ ਵਜੋਂ ਨਾ ਉਹਨਾਂ ਨੂੰ ਪੁੱਛਿਆ ਜਾਵੇ। 550ਵਾਂ ਪ੍ਰਕਾਸ਼ ਪਰਬ ਜਦੋਂ ਅਸੀਂ ਮਨਾ ਰਹੇ ਹਾਂ ਉਹਦੇ 'ਚ ਇਹ ਗੱਲ ਮੈਂਸ਼ਨ ਕੀਤੀ ਜਾ ਸਕਦੀ ਹੈ? ਕਿਉਂ ਨਹੀਂ ਕੀਤੀ ਜਾ ਸਕਦੀ? ਕੈਪਟਨ ਸਾਹਿਬ ਸਿੱਖ ਹੈਗੇ, ਇਹਦੇ 'ਚ ਬੰਨਣ 'ਚ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ। ਹੁਣ ਉਹਦੇ 'ਚ ਕੀ ਵਾਸਤਾ ਪਾਇਆ, ਕੀ ਆਧਾਰ ਬਣਾਇਆ, ਕੀ ਗਰਾਊਂਡ ਬਣਾਇਆ, ਕੌਣ ਬੰਦੇ ਆ,
कांस्टेबल देखो 10,000 वाला 15,000 वाला तनखाह लैके अपने बॉस की उन्हें किस तरह ड्यूटी निभाई नहीं निभाई मैं इस उसे गहराई च नहीं जा रहा पता ही नहीं है क्योंकि कौन अच्छा, बंदा कला कला पॉइंट समझा कर लिए भी इहदा मतलब केंद्र सरकार है जी सिखां दे लई है उन्होंने हिरदे दे विच जगह हैगी कि सिखां दीआं मंगां मन्नीआं जाणी चाहीदी है मैं पहले सिखां दे जिहड़े इशू आ केंद्र सरकार हल करना चाहुंदी है हल भी करना बंदी सिंघां दी इक सूची बंदी सिंघां दी इक सूची तुहाडे कोल गई गई है मोर्चे भी कई बार लग चुके हैगे आ उस दे विच कई ने शहादत भी देती है कई ने मोर्चे भी लाए है क्या उन्होंने भी सुन लो फिर एक लाल सिंह फड़िया होना भी सुन जे बंदी सिंघां नूं कीता जा रहा शुरुआत केपीजी होई है ना इस गल नूं ते आपां मन्नीए ना पहला तो 70 साल तक ही होई गया ना कदी कोई सुनवाई होई नहीं हुण करतारपुर साहब दा लांघा भी खुल रहा बंदी सिंह भी रिहा हो रहे राजवाणे दी फांसी जिहड़ी आ उम्र कैद तब्दील हो रही है बहुत सारे इशू संजीदगी नाल इमोशंस नाल उन्हां दी भावना दे नाल ठीक है क्लियर साहब तुसीं वी वार वार केंद्र सरकार कोले वफ्त भी लैके जांदे रहे हो कि बंदी सिंह जिहड़े सजा पूरी कर चुके उन्हां नूं छड्डिया जावे कि उन्हां ते हुण केंद्र सरकार अगे वध रही है के पी जी अकाली दल की हमेशा ही कोशिश रही है कि जिहड़े बंदी सिंह जां जिहड़े सजा पूरी कर चुके ने उन्हां नूं छड्डिया जावे ते इह उही कोशिशां नूं बूर पिया सी जो राजवाणा साहब ते जो पंज बंदिआं दी रिहाई दा होया सी पर उहदे च सानूं इह लगदा है कि जिहड़ी आ नाल पुलिस वालिआं दी जिहड़ी पंजाब सरकार ने रिकमेंडेशन करती या उत्थे मोर लग गई तो इन्हें वो चीज़ नूं थोड़ा फिक्का जरूर पाया और मैं फिर दोबारा गल क्लीयर कर देनी चाहुंदा कि पंजाब दा या पंजाबीयत दा या सिखां दा एक सब तो वड्डा मुद्दा जिहड़ा वो काला दौर दे विच उरे मास किलिंग्स होईआं ने उहदे जिहड़े जख्म ने वो इस तरीके नाल नहीं भर सकते अगर उन्हां दे कातलां दीआं सजावां माफ होणगीआं तां इह पंजाब सरकार अगर इन्हां ने कंग साहब ने गल कीती है कि सिख मुख्यमंत्री अगर वो वाकई सिख ने तां उन्हां नूं सेंटीमेंट्स दा ख्याल रखना चाहीदा सी इह 550 साला ते उन्हां नूं किसी भी ऐसी रिकमेंडेशन दे विच नहीं करनी चाहीदी सी और बेसलैस रिकमेंडेशन कि जिन्हां दी सजावां जिन्ना क सानूं मीडिया चो न्यूज़पेपर चो ट्रिब्यून चो जिन्ना पढ़ के पता लग रहा है कि इन्हां च कुछ पुलिस अफसर वो ने जिहड़े शायद जेल गए भी नहीं सो इह उन्हां दे जिहड़े परिवार ने जिन्हां दे बंदे मरे ने इह उन्हां दे जख्मां ते नूं हुण पुक्कण वाली गल होगी सो पंजाब सरकार नूं ऐसी कोई रिकमेंडेशन नहीं करनी चाहिए अच्छा क्लियर साहब हुण एक सियासी तौर ते तुहाडे कोल राह की है का तुसीं वफ्त केंद्रीय गृह मंत्रालय कोल लैके जाओगे इस फैसले दे खिलाफ जां इत्थे गवर्नर साहब कोल मिलोगे जां कैप्टन सरकार नूं मिलन दी कोशिश करोगे कोई है राह तुहाडे कोल के पी जी सब तो पहली गल है कि जिहड़ा पार्डन दा राइट आ ओह या गवर्नर साहब कोल या प्रेजिडेंट साहब कोल आ सो गवर्नर साहब नूं असीं जरूर मिलांगे उस तो बाद होम मिनिस्टर साहब नूं वी मिलण दी लोड़ पई तां इहदे लई अकाली दल जरूर वार चक्केगा उस तो बाद भी जिहड़ा भी कोर्स ऑफ एक्शन सानूं लैणा पिया असीं परिवारां दे नाल आ ते जिथे उहनां दे लड़ाई असीं लड़दे रहांगे ठीक है लास्ट पॉइंट गुरतेज सिंह तुहाडा चाहीदा जी लास्ट कमेंट तुहाडा चाहीदा आ कि हुण तुहाडे कोल जिहड़ा राह हैगा उस राह दे नाल जिहड़े सियासी राह तलाश रहे हैगे आ किहड़ा राह ज्यादा महत्वपूर्ण है लीगली जां सियासी के पी जी कई सारा ये सारे राह महत्वपूर्ण होणगे सब जिहड़ा गैर सियासी राह हैगा ये तो अपनाना पैना ही पैना है क्योंकि कॉन्स्टिट्यूशन का मसला है क्योंकि संविधान का मसला है क्योंकि कानून का मसला है ये तो कोई सारे का हक है ये कोई किसी तो खो नहीं सकता उस तो इलावा जो सियासी राह हैगा वह ये अपना की कोशिश कर रहे हैं या करे अज तक पता नहीं किस तरह अकाली दल खड़े दिखाई दोगे अकाली दल यहोजा स्टैप चुकता अकाली दल द असी बहुत अच्छी तरह अकाली दल को एग्जामिन कर चुके हैं पिछले 30-40 सालों के उन्होंने कदे भी इस तरह का इंट्रस्ट नहीं दिखाया कि वह मजलूम देखो असं सारे धनवाद करा जो इस तरह का काम कर सू जापता है कि यह जरा हूँ इस वे और ड्रोन के मसले के उत्ते होर झूठे केस जो बन रहे हैं लोगों के उत्ते पुलिस वाले ने शायद बनाने तो इनकार करता होएगा कि जी तुसी सानू फसा दिंदे हो केसां दे विच ते जेल च पा दिंदे हो ते इह उह दुबारे रिप्रेशन शुरू करन वास्ते दुबारे जुल्म सितम करन वास्ते इह इहो जिहा इहो जिहा माफ़ियां दी गल कर रहे हां लास्ट पॉइंट मैं तुहाडे तों लैणा मैं लैणा बड़ा संभरागी ਤੁਸੀਂ ਲੀਗਲੀ ਸਾਥ ਦਿਓਗੇ ਇਹਨਾਂ ਦਾ ਬਿਲਕੁਲ ਅਸੀਂ ਲੀਗਲੀ ਹਮੇਸ਼ਾ ਨਾਲ ਆ ਜੀ ਕਿਤੇ ਵੀ ਹਿਊਮਨ ਰਾਈਟਸ ਵਾਇਓਲੇਸ਼ਨ ਹੁੰਦੀ ਹੈ ਉਸ ਨੂੰ ਅਸੀਂ ਰੋਕਣ ਲਈ ਹਮੇਸ਼ਾ ਮੂਰੇ ਆਵਾਂਗੇ ਠੀਕ ਹੈ ਮਾਲੀ ਸਾਹਿਬ ਲਾਸਟ ਪੁਆਇੰਟ ਮੈਂ ਚਰਚਾ ਸਮਾਪਤ ਕਰ ਲਈ ਹੈ ਬਿਲਕੁਲ ਜਦੋਂ ਅਸੀਂ ਇਹ ਕਹਿੰਦੇ ਹਾਂ ਨਾ ਜੀ ਨੀਤੀ ਦਾ ਸਵਾਲ ਆ ਜਿੰਨੇ ਪੁਲਿਸ ਅਫਸਰ ਨੇ ਉਹਨਾਂ ਨੂੰ ਸੰਵਿਧਾਨ ਦੀ ਸਹੁੰ ਖਵਾਈ ਗਈ ਆ ਨੌਕਰੀ ਦੇਣ ਵੇਲੇ ਸੰਵਿਧਾਨ ਤੋਂ ਬਾਹਰ ਕੰਮ ਨਹੀਂ ਕਰਨਾ ਇਹਦੇ ਲਈ ਹਰ ਇੱਕ ਪੁਲਿਸ ਵਾਲਾ ਦੋਸ਼ੀ ਆ ਇਹ ਕਹਿਣਾ ਵਿਚਾਰੇ ਪੁਲਿਸ ਵਾਲੇ ਕੀ ਕਰ ਦੇਣਗੇ
ਪ੍ਰੈਕਟੀਕਲੀ ਰਾਜ ਆਰ ਐਸ ਗਿੱਲ ਸੀ ਬਠਿੰਡੇ ਦਾ ਐਸ ਐਸ ਪੀ ਪੂਰੇ ਖਾੜਕੂਬਾਦ ਦੇ ਦੌਰ ਵੇਲੇ ਇੱਕ ਵੀ ਮੁਕਾਬਲਾ ਸਾਰੇ ਜ਼ਿਲ੍ਹੇ 'ਚ ਕਿਉਂ ਨਹੀਂ ਹੋਇਆ ਜੀ ਉੱਥੋਂ ਚੱਕ ਕੇ ਬੰਦੇ ਗੋਬਿੰਦ ਰਾਮ ਮਾਰਦਾ ਸੀ ਜਿਹੜੇ ਪੁਲਿਸ ਵਾਲਿਆਂ ਨੇ ਸਰਕਾਰ ਦੇ ਗੈਰ ਕਾਨੂੰਨੀ ਹੁਕਮ ਮੰਨੇ ਨੇ ਉਹ ਸਾਰੇ ਦੋਸ਼ੀ ਨੇ ਮੁਜਰਮ ਨੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਸਾਰੀ ਪੁਲਿਸ ਨੂੰ ਕਟਹਿਰੇ ਖੜਾ ਕਰਨਾ ਚਾਹੀਦਾ ਜਿਨ੍ਹਾਂ ਨੇ ਦੋਸ਼ੀ ਨੇ ਜਿਨ੍ਹਾਂ ਨੇ ਮਾਰੇ ਨੇ ਜਿਹੜੇ ਵੀ ਕਿਸੇ ਕੇਸ ਦੇ ਵਿੱਚ ਆਉਂਦੇ ਨੇ ਗੈਰ ਕਾਨੂੰਨੀ ਕੰਮ ਕੀਤਾ ਜਿਨ੍ਹਾਂ ਨੇ ਦੂਜਾ ਸਿਆਸੀ ਦੋਸ਼ੀ ਉਹ ਨੇ ਜਿਨ੍ਹਾਂ ਨੇ ਹੁਕਮ ਦਿੱਤਾ ਇਸ ਕਰਕੇ ਅਫਸਰ ਸਿਆਸਤਦਾਨ ਇਹਨਾਂ ਦਾ ਗੱਠਜੋੜ ਆ ਜੇ ਸਿਆਸ ਅਫਸਰ ਨੇ ਜਿਹੜੇ ਉਹਨਾਂ ਨੂੰ ਮੈਂ ਕਹਿ ਦਾਂ ਜੀ ਵੀ ਫਲਾਨੇ ਨੂੰ ਜਾ ਕੇ 15 ਬੰਦੇ ਮਾਰਦੇ ਉਹ ਕਿਉਂ ਮਾਰੋ ਜੀ ਉਹ ਕਹੇ ਮੈਂ ਨਹੀਂ ਮਾਰਦਾ ਕਿੰਨੇ ਕਿੰਨੇ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਕਿਹਾ ਸੀ ਇੱਕ ਮੈਂ ਤੁਹਾਨੂੰ ਉਦਾਹਰਨ ਇੱਕ ਐਸ ਐਸ ਪੀ ਦੀ ਦਿੱਤੀ ਆ ਇਸ ਕਰਕੇ ਪੁਲਿਸ ਵਾਲੇ ਵੀ ਦੋਸ਼ੀ ਨੇ ਸਿਆਸਤਦਾਨਾਂ ਨੇ ਜਿਨ੍ਹਾਂ ਨੇ ਨੀਤੀ ਬਣਾਈ ਆ ਉਹ ਵੀ ਦੋਸ਼ੀ ਆ ਇਹਨਾਂ ਨੂੰ ਅੱਡ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ਕਿਹੜੇ ਅਧਿਕਾਰਾਂ ਦੀ ਰਾਖੀ ਹੋ ਰਹੀ ਹੈ ਅਧਿਕਾਰ ਤੋਂ ਹੀ ਹੈਗੇ ਆ ਜਿਹੜੇ ਸਿਆਸੀ ਤੌਰ 'ਤੇ ਸੂਟ ਕਰਦੇ ਹੈਗੇ ਆ ਪਰ ਇਹ ਸਿਆਸਤ ਦੇ ਵਿਚਾਲੇ ਜੇ ਮਨੁੱਖੀ ਅਧਿਕਾਰਾਂ ਦੇ ਲਈ ਮਨੁੱਖੀ ਹੱਕਾਂ ਦੇ ਲਈ ਕੋਈ ਖੜਨਾ ਜਾਣਦਾ ਹੈਗਾ ਤਾਂ ਫਿਰ ਇੱਕ ਜਿਹੜੀ ਉਦਾਹਰਣ ਆ ਉਹ ਸੈੱਟ ਕੀਤੀ ਜਾ ਸਕਦੀ ਹੈਗੀ ਹੈ ਇਸ ਮਸਲੇ ਨੂੰ ਉਭਾਰ ਕੇ ਇਸ ਮਸਲੇ 'ਤੇ ਗੱਲਬਾਤ ਕਰਕੇ ਇਸ ਮਸਲੇ 'ਤੇ ਅੱਗੇ ਤੁਰ ਕੇ ਪਰ ਜਦੋਂ ਸੂਚੀ ਸਾਡੇ ਸਾਹਮਣੇ ਆਵੇਗੀ ਉਦੋਂ ਡਿਬੇਟ ਹੈ ਜਿਹੜੀ ਹੋਰ ਪੁਖਤਾ ਹੋ ਜਾਵੇਗੀ ਉਦੋਂ ਸਮਝ ਆ ਜਾਵੇਗਾ ਕੌਣ ਕਿਹਦੇ ਨਾਲ ਹੈਗਾ ਅਤੇ ਕੌਣ ਕਿਹਦੇ ਵਿਰੋਧ ਵਿੱਚ ਹੈਗਾ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਸਾਫ ਹੋਣਗੀਆਂ ਜੋ ਸਾਡੇ ਕੋਲ ਸਭ ਕੁਝ ਸਾਹਮਣੇ ਆ ਜਾਵੇਗਾ ਪਰ ਇਸ ਵੇਲੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਜਿਹੜੀ ਇਸ ਨੀਤੀ 'ਚ ਚੱਲ ਰਹੀਆਂ ਹੈਗੀਆਂ ਉਸ ਨੀਤੀ ਬਾਰੇ ਡਿਬੇਟ ਜ਼ਰੂਰ ਹੋਣੀ ਚਾਹੀਦੀ ਇਸ ਕਰਕੇ ਡਿਬੇਟ ਕੀਤੀ ਹੈਗੀ ਹੈ ਇਸ ਡਿਬੇਟ ਦੇ ਵਿੱਚੋਂ ਜੋ ਚੀਜ਼ਾਂ ਨਿਕਲੀਆਂ ਤੁਹਾਡੇ ਸਾਹਮਣੇ ਹੈਗੀਆਂ ਪਰ ਰਾਹ ਜਿਹੜੇ ਬਾਕੀ ਹੈਗੇ ਆ ਉਹਨਾਂ ਰਾਹਾਂ ਦੇ ਨਾਲ ਆ ਜਿਹੜੇ ਕੌਣ ਕੌਣ ਖੜਦਾ ਅਤੇ ਕੌਣ ਕੌਣ ਭੱਜਦਾ ਉਹ ਸਵਾਲ ਬਾਅਦ ਵਿੱਚ ਪੁੱਛਾਂਗੇ ਜ਼ਰੂਰ ਬਹੁਤ ਧੰਨਵਾਦ।